ਸ਼ਿਕਾਲ ਸਰ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਬਹੁਤ ਵਧੀਆ ਕੰਗ੍ਰੈਚੁਲੇਸ਼ਨਸ ਪਹਿਲਾਂ ਤਾਂ ਬਹੁਤ ਸੋਹਣਾ ਕਿਰਦਾਰ ਹੈ ਤੇ ਬਹੁਤ ਤੁਹਾਡੇ ਬਾਰੇ ਬੜੀਆਂ ਤਾਰੀਫਾਂ ਸੁਣਨ ਨੂੰ ਮਿਲ ਰਹੀਆਂ ਨੇ ਦਰਸ਼ਕਾਂ ਤੋਂ ਇਹ ਪਿਆਰ ਹੈ ਜੀ ਲੋਕਾਂ ਦਾ ਸੋ ਮੈਂ ਚਾਹੁੰਦਾ ਕਿ ਇਸ ਕਿਰਦਾਰ ਨੂੰ ਵੀ ਫਿਲਮ ਦੇ ਹਰ ਕਿਰਦਾਰ ਨੂੰ ਪਿਆਰ ਕਰੋ ਬੜਾ ਡੀਪਲੀ ਰਿਸਰਚ ਵਰਕ ਕਰਨ ਤੋਂ ਬਾਅਦ ਇਹ ਕਿਰਦਾਰ ਘੜੇ ਨੇ ਮੌਤ ਸਾਹਿਬ ਨੇ ਸੋ ਇੱਕ ਅਜਿਹੀ ਫਿਲਮ ਮਿਲੀ ਹੈ ਪੰਜਾਬੀ ਇੰਡਸਟਰੀ ਨੂੰ ਜਿੱਥੇ ਇੰਨੀ ਜ਼ਿਆਦਾ ਮਿਹਨਤ ਹੋਈ ਹੈ ਬਹੁਤ ਲੰਬਾ ਸ਼ੂਟ ਚੱਲਿਆ ਬਹੁਤ ਲੰਬਾ ਪ੍ਰੀ ਪ੍ਰੋਡਕਸ਼ਨ ਰਿਹਾ ਜਿਵੇਂ ਰਿਸਰਚ ਵਰਕ ਬਹੁਤ ਲੰਬਾ ਕੀਤਾ ਜਤਿੰਦਰ ਸਰ ਹੋਰਾਂ ਨੇ ਸੋ ਕੀ ਕਹਿਣਾ ਤੁਹਾਡਾ ਦੇਖੋ ਜੀ ਹਰ ਡਿਪਾਰਟਮੈਂਟ ਨੇ ਮਿਹਨਤ ਕੀਤੀ ਆ ਮੌਤ ਸਾਹਿਬ ਨੇ ਸਕ੍ਰਿਪਟ 'ਤੇ ਕੰਮ ਕੀਤਾ ਡਾਇਰੈਕਸ਼ਨ ਦੇ ਵਿੱਚ ਇੱਦਾਂ ਹੀ ਵਨੀਤ ਸਰ ਕੈਮਰੇ 'ਚ ਸੀਗੇ ਸਾਡੇ ਕਿਆ ਕਮਾਲ ਦਾ ਸਿਨੇਮਾ ਕਿਆ ਕਮਾਲ ਦੀ ਉਹਨਾਂ ਨੇ ਕਲਰਸ ਕੱਢੇ ਨੇ ਆ ਟੇਕਿੰਗ ਲਈ ਆ ਫਿਲਮ ਦੀ ਇਹਦੇ ਹੀ ਕੋਸਟਿਊਮ ਦਾ ਬੜਾ ਵੱਡਾ ਹੱਥ ਆ ਫਿਲਮ ਦੇ ਵਿੱਚ ਇਹਦੇ ਮੇਕਅਪ ਦਾ ਲੋਕੇਸ਼ਨਸ ਦਾ ਪ੍ਰੋਡਕਸ਼ਨ ਦਾ ਖਾਣੇ ਵਾਲਿਆਂ ਦਾ ਜਿਹਨੇ ਰੋਟੀ ਖਵਾਈ ਸਪੋਟ ਬੋਆਏ ਜਿਹੜੇ ਸਾਨੂੰ ਚਾਹ ਪਾਣੀ ਪਿਆਉਂਦੇ ਸੀ ਉਹ ਡਰੈਸਮੈਨ ਘੋੜਿਆਂ ਦਾ ਖਾਸ ਕਰਦੇ ਜਿਹੜੇ ਸਾਨੂੰ ਮਤਲਬ ਕਿਆ ਬਾਤ ਉਹਦੇ ਮੈਂ ਘੋੜਿਆਂ ਦਾ ਤਾਂ ਮੈਂ ਬਿਆਨ ਹੀ ਨਹੀਂ ਨਾ ਕਰ ਸਕਦਾ ਕਿਆ ਚੀਜ਼ ਸੀ ਮਨਜੀਤ ਹੋਣਾ ਦਾ ਇਹਨਾਂ ਦੀ ਕਿਆ VFX ਵਰਕ ਤੁਹਾਨੂੰ ਲੱਗਣਾ ਹੀ ਨਹੀਂ ਮੈਨੂੰ ਲੱਗਦਾ ਪੰਜਾਬੀ ਸਿਨੇਮੇ ਦਾ ਨੈਕਸਟ ਲੈਵਲ ਕਰਨ ਵਾਲੇ ਬੰਦੇ ਨੇ ਜੀ ਜਿਨ੍ਹਾਂ ਨੇ VFX ਫਿਲਮ ਦੇ ਵਿੱਚ ਕੀਤਾ ਤੁਹਾਨੂੰ ਲੱਗਣਾ ਹੀ ਨਹੀਂ ਸਵਾ ਘੰਟੇ ਦਾ ਫਿਲਮ 'ਚ VFX ਹੈ ਤੁਹਾਨੂੰ ਲੱਗਣਾ ਨਹੀਂ ਕਿ ਲੋਕੇਸ਼ਨ ਐਕਸਟੈਂਡ ਕੀਤੀਆਂ ਗਈਆਂ ਥੈਂਕ ਯੂ ਸਰ ਪੰਜਾਬੀ ਇੰਡਸਟਰੀ ਨੂੰ ਇੰਨੀ ਸੋਹਣੀ ਫਿਲਮ ਦੇਣ ਲਈ ਹੁਣ ਸਾਨੂੰ ਸੱਚੀ ਨਹੀਂ ਲੱਗ ਰਿਹਾ ਕਿ ਉਹਦੇ 'ਚ VFX ਵੀ ਹੈਗੇ ਥੈਂਕ ਯੂ ਸੋ ਮਚ ਬਸ ਭਾਅ ਜੀ ਉਹਨਾਂ ਦੀ ਸਪੋਰਟ ਹੀ ਆ ਬਸ ਇਹਨਾਂ ਨੇ ਆਉਣਾ ਥੱਲੇ ਪੁਸ਼ ਕਰਨਾ ਬਾਈ ਮੁੰਡੇ 2 ਮਹੀਨੇ ਰਹਿ ਗਏ ਮੈਂ ਕਿਹਾ ਭਾਜੀ 8 ਮਹੀਨੇ ਦਾ ਕੰਮ ਆ ਕਹਿੰਦੇ ਨਾ ਨਾ 2 ਮਹੀਨੇ ਕਿੰਨਾ ਟਾਈਮ ਲੱਗਿਆ ਸੀ ਟੋਟਲ ਪੋਸਟ ਪ੍ਰੋਡਕਸ਼ਨ ਅਸੀਂ 7-8 ਮਹੀਨੇ ਤੋਂ ਕੰਟੀਨਿਊ ਵਰਕ ਕਰ ਰਹੇ ਸੀਗੇ ਬਟ ਜੇ ਆਪਾਂ ਡੈਡਲਾਈਨ ਦਾ ਕੰਮ ਕਰੀਏ ਜੇ ਜਿਹੜਾ ਕੰਮ ਸਾਡਾ 8-9 ਮਹੀਨੇ ਜਿਹੜਾ ਮੈਂ ਨੋਰਮਲੀ ਕੋਡ ਕਰਦਾ ਸੀ ਭਾਜੀ ਨੂੰ ਭਾਈ 9 ਮਹੀਨੇ ਲੱਗਣੇ ਆ ਭਾਜੀ ਕਹਿੰਦੇ ਪਰ ਮੰਜੀ 2 ਮਹੀਨੇ ਮੈਂ ਕਿਹਾ ਭਾਈ ਟੀਮ ਕਹਿੰਦੇ ਟੀਮ ਦੇਖ ਲੈ ਤੂੰ ਜਿੱਦਾਂ ਮਰਜ਼ੀ ਕਰ ਪਰ ਇਹ ਰਿਦਮ ਬੋਇਸ ਦੀ ਪੋਜ਼ਿਟਿਵਿਟੀ ਭਾਜੀ ਮੈਂ ਕਹਿਣਾ ਹਨਾ ਚੱਲਾ ਮੁੜ ਕੇ ਨਹੀਂ ਆਪਾਂ ਕੀਤੀ ਉਹੀ ਪੋਜ਼ਿਟਿਵਿਟੀ ਵਾਈਬ ਸੀਗੀ ਹੁਣ ਪਹਿਲਾਂ ਹੀ ਮੈਂ ਕਹਿ ਕੇ ਹਟਿਆ ਇੰਟਰਵਿਊ 'ਚ ਮੈਂ ਕਿਹਾ ਇਹਦੇ ਵਿੱਚ ਇਹੀ ਸੀ ਆਪਾਂ ਜਦੋਂ ਰਿਦਮ ਬੋਇਸ ਵਿੱਚ ਐਂਟਰ ਹੁੰਦੇ ਆਪਾਂ ਕੰਪਿਊਟਰ 'ਤੇ ਬੈਠਦੇ ਹਾਂ ਸਾਨੂੰ ਤਾਂ ਆਪਾਂ ਕਰਕੇ ਉੱਠਾਂਗੇ ਅਤੇ ਉਹੀ ਹੁੰਦਾ ਬਸ ਸਾਨੂੰ ਪਤਾ ਕਿ ਮਤਲਬ ਆਖਰੀ ਦਿਨ ਤੱਕ ਕੁਝ ਨਾ ਕੁਝ ਚੇਂਜਿਸ ਹੈਗੀਆਂ ਨੇ ਸੋ ਮਾਇੰਡ ਪ੍ਰਪੇਅਰ ਸੀਗਾ ਨਾ ਮੁੰਡਿਆਂ ਦਾ ਮਤਲਬ ਇਹਨਾਂ ਨੇ ਮੈਂ ਵੇਖਿਆ ਕਿ ਜੇ ਦਿਨ 'ਚ 36 ਘੰਟੇ ਵੀ ਹੁੰਦੇ 24 ਦੀ ਥਾਂ 'ਤੇ ਉਹ ਵੀ ਘੱਟ ਸੀ ਇਹਨਾਂ ਵਾਸਤੇ ਪਰ ਕਿਆ ਕਮਾਲ ਦਾ ਇਹਨਾਂ ਨੇ ਸ਼ਾਰਟ ਨੋਟਿਸ ਦੇ ਵਿੱਚ ਸ਼ਾਰਟ ਟਾਈਮ ਦੇ ਵਿੱਚ ਫਿਲਮ ਜਿਹੜੀ ਆ ਉਹਦਾ ਰਿਜ਼ਲਟ ਬੜਾ ਸੋਹਣਾ ਕੱਢ ਕੇ ਦਿੱਤਾ ਬਹੁਤ ਹੀ ਆਈਕੋਨਿਕ ਫਿਲਮ ਆਈ ਥਿੰਕ ਇਹ ਫਿਲਮ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਜਿਉਣੇ ਤੇ ਡੋਗਰ ਦੀਆਂ ਹੁਣ ਤੱਕ ਵੈਸੇ ਅਸੀਂ ਗੱਲਾਂ ਸੁਣਦੇ ਆ ਰਹੇ ਹਾਂ ਕਿਸ਼ਨੇ ਦੀਆਂ ਕਹਾਣੀਆਂ ਸੁਣਦੇ ਆ ਰਹੇ ਹਾਂ ਅਤੇ ਇਹ ਫਿਲਮ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਵੇਂ ਹੀ ਚਰਚਾ ਬਣੀ ਰਹੇਗੀ ਐਵੇਂ ਹੀ ਇਸ ਫਿਲਮ ਦੀਆਂ ਗੱਲਾਂ ਹੁੰਦੀਆਂ ਰਹਿਣ ਜੀ ਬਿਲਕੁਲ ਜੀ ਬਿਲਕੁਲ ਇਹ ਮੀਲ ਦਾ ਪੱਥਰ ਸਭ ਤੋਂ ਇੱਕ ਇਹੋ ਜਿਹਾ ਲੈਂਡਮਾਰਕ ਸੈੱਟ ਹੋ ਗਿਆ ਜਾਂ ਟ੍ਰੇਡਮਾਰਕ ਸੈੱਟ ਕਰਤਾ ਕਿ ਬੱਚੇ ਵੇਖਣਗੇ ਅਤੇ ਬਾਰ ਬਾਰ ਵੇਖਣਗੇ ਜਿੰਨੀ ਵਾਰ ਵੇਖਣਗੇ ਉਨੀ ਵਾਰ ਨਵੇਂ ਕਿਰਦਾਰ ਦਾ ਪਿਆਰ ਹੋਊਗਾ ਨਵੀਂ ਲੋਕੇਸ਼ਨ ਨਾਲ ਪਿਆਰ ਹੋਊਗਾ ਨਵੇਂ ਡਾਇਲੋਗ ਨਾਲ ਪਿਆਰ ਹੋਊਗਾ ਸੋ ਫਿਲਮ ਮੈਨੂੰ ਲੱਗਦਾ ਇੱਕ ਵਾਰ ਸਿਨੇਮੇ 'ਚ ਵੇਖੂ ਕਿ ਇਹ OTT 'ਤੇ ਨਹੀਂ ਆਉਣੀ OTT 'ਤੇ ਆਉਣੀ ਨਹੀਂ ਮੈਨੂੰ ਪਤਾ ਹੈ ਪਿਛਲੀਆਂ ਨਹੀਂ ਪਾਈਆਂ ਇਹ ਕਿੱਥੇ ਪਾਉਣੀ ਆ ਸੋ ਜਿਹਨੇ ਵੇਖਣੀ ਫਿਲਮ ਸਿਨੇਮੇ 'ਚ ਵੇਖੇ ਫਿਲਮ ਵੇਖਣ ਦਾ ਮਜ਼ਾ ਵੀ ਸਿਨੇਮੇ 'ਚ ਹੀ ਹੈ ਜੀ ਅੱਛਾ ਇਹ ਜਿਹੜੀ ਫਿਲਮ ਹੈ ਜਿਵੇਂ ਆਪਾਂ ਗੱਲ ਕੀਤੀ ਜਾਵੇ ਇੱਕ ਮਲਟੀ ਸਟਾਰਰ ਫਿਲਮ ਅਤੇ ਦੂਸਰਾ ਦਰਸ਼ਕਾਂ ਦਾ ਇੱਕ ਇੰਨੀ ਐਕਸਾਈਟਮੈਂਟ ਸੀਗੀ ਇਸ ਫਿਲਮ ਨੂੰ ਲੈ ਕੇ ਹਨਾ ਅਤੇ ਐਮੀ ਹੈ ਦੇਵ ਹੈ ਅਤੇ ਸਪੈਸ਼ਲੀ ਪੰਜਾਬੀ ਸਿਨੇਮਾ ਦੇ ਵਿੱਚ ਅਸੀਂ ਅਕਸਰ ਇਹ ਸਵਾਲ ਕਰਦੇ ਹੁੰਦੇ ਸੀਗੇ ਜਿਹੜੇ ਸਾਡੇ ਆਪਣੇ ਹੀਰੋਜ਼ ਨੇ ਹਨਾ ਜਾਂ ਜਿਹੜੇ ਸਾਡਾ ਆਪਣਾ ਇਤਿਹਾਸ ਹੋਵੇ ਤਾਂ ਫਿਲਮ ਕਦੋਂ ਬਣੇਗੀ ਆਈ ਥਿੰਕ ਇਸ ਫਿਲਮ ਤੋਂ ਬਾਅਦ ਹੁਣ ਹੋਰ ਕਈ ਫਿਲਮਾਂ ਬਣਨੀਆਂ ਸ਼ੁਰੂ ਹੋ ਜਾਣਗੀਆਂ ਜੀ ਸ਼ੁਰੂਆਤ ਹੋ ਗਈ ਹੈ ਜੀ ਅੱਗੇ ਹੁਣ ਸਾਰੇ ਇੰਡਸਟਰੀ ਨੂੰ ਚਾਹੀਦਾ ਕਿ ਇਹੋ ਜਿਹੇ ਟੌਪਿਕਸ ਬਣਾਉਣ ਹਨਾ ਜੀ ਸ਼ੁਰੂਆਤ ਹੋ ਗਈ ਰਿਜ਼ਲਟ ਬੜਾ ਵਧੀਆ ਰਿਹਾ ਲੋਕ ਰਿਜ਼ਲਟ ਤੋਂ ਹੀ ਡਰਦੇ ਹੁੰਦੇ ਯਾਰ ਵੀ ਪਤਾ ਨਹੀਂ ਆਡੀਅੰਸ ਐਕਸੈਪਟ ਕਰਦੀ ਕਿ ਨਹੀਂ ਲੋਕਾਂ ਨੇ ਐਕਸੈਪਟ ਕਰ ਲਈ ਟਰਾਲੀਆਂ ਭਰ ਕੇ ਜਾ ਰਹੀਆਂ ਮੋੜ ਪਿੰਡ ਤੋਂ ਬਹੁਤ ਲੋਕ ਗਏ ਹਰ ਪਾਸਿਓਂ ਨਹੀਂ ਸੰਗਰੂਰ ਸਨਾਮ ਧੂਰੀ ਬਠਿੰਡਾ ਬਹੁਤ ਲੋਕ ਟਰੈਕਟਰ ਭਰ ਭਰ ਕੇ ਵੇਖਣ ਜਾ ਰਹੇ ਫਿਲਮ ਨੂੰ ਸੋ ਕੀ ਕਹੋਗੇ ਦਰਸ਼ਕਾਂ ਨੂੰ ਕਿਉਂਕਿ ਦਰਸ਼ਕਾਂ ਦੀ ਸਪੋਰਟ ਦੀ ਲੋੜ ਹੈ ਹੁਣ ਤੁਸੀਂ ਤਾਂ ਮਿਹਨਤ ਕਰ ਲਈ ਆਪਣੀ ਹੈ ਨਾ ਦੇਖੋ ਅਸੀਂ ਮੈਂ ਤੇ ਮਨਜੀਤ ਅਸੀਂ ਦੋਵੇਂ ਇੱਕੋ ਗੱਲ ਕਹਿਣਾ ਚਾਹੁੰਦੇ ਹਾਂ ਕਿ ਫਿਲਮ ਬੜੀ ਬਾਕਮਾਲ ਹੈ ਨਵੀਂ ਟੈਕਨੋਲੋਜੀ ਦੀ ਫਿਲਮ ਆ ਤੁਹਾਨੂੰ ਨਿਰਾਸ਼ ਨਹੀਂ ਕਰਾਂਗੇ ਤੁਸੀਂ ਇੱਕ ਵਾਰ ਸਿਨੇਮੇ ਦੇ ਵਿੱਚ ਆਓ ਤੁਸੀਂ ਆਪਣੇ ਬੱਚਿਆਂ ਨੂੰ ਕੁਝ ਸਿਖਾ ਕੇ ਲੈ ਕੇ ਜਾਓਗੇ ਮੈਂ ਇਹੀ ਬੇਨਤੀ ਕਰਦਾ ਡੈਫੀਨਿਟਲੀ ਆਹੀ ਗੱਲ ਆ ਕਿ ਇੱਕ ਨਵਾਂ ਜੇ ਆਪਾਂ ਚਾਹਾਂਗੇ ਤਾਂ ਬੱਚਿਆਂ ਨੂੰ ਪੁਰਾਣਾ ਪੰਜਾਬ ਦਿਖਾਉਣਾ ਅਸੀਂ ਉਹ ਬਣਾਤਾ ਆ ਆਪਣੇ ਬੱਚਿਆਂ ਨੂੰ 18th century ਵਾਲਾ ਪੰਜਾਬ ਦਿਖਾ ਸਕਦੇ ਹੋ ਥੀਏਟਰਾਂ ਦੇ ਵਿੱਚ ਆ ਕੇ ਗੱਲਾਂ ਨਾਲ ਨਹੀਂ ਅੱਖਾਂ ਨਾਲ ਵੀ ਦਿਖਾ ਸਕਦੇ ਹੋ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਸਾਰਿਆਂ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਹੋ ਤੇ ਸਾਰੀ ਆਡੀਅੰਸ ਦਾ ਜਿਨ੍ਹਾਂ ਨੇ ਫਿਲਮ ਵੇਖ ਲਈ ਆ ਤੇ ਜਿਨ੍ਹਾਂ ਨੇ ਅੱਗੇ ਜਾਣਾ ਹੈ ਤੇ ਅਸੀਂ ਸਾਰੀ ਇੰਡਸਟਰੀ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਇਸ ਫਿਲਮ ਨੂੰ ਨੇਪਰੇ ਚੜ੍ਹਨ ਦੇ ਵਿੱਚ ਹੈਲਪ ਕੀਤੀ ਸਾਰੀ ਇੰਡਸਟਰੀ ਨੇ ਬਹੁਤ ਸਪੋਰਟ ਕੀਤੀ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰੇ ਕਲਾਕਾਰਾਂ ਦਾ ਤੇ ਜਿਨ੍ਹਾਂ ਨੇ ਫਿਲਮ ਦੇ ਵਿੱਚ ਕੰਮ ਕੀਤਾ ਚਾਹੇ ਉਹ ਜੂਨੀਅਰ ਸੀਨੀਅਰ ਸਪੋਰਟ ਬੋਏ ਤੋਂ ਲੈ ਕੇ ਪ੍ਰੋਡਿਊਸਰਸ ਤੱਕ ਦਾ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜਿਹੜੇ ਇਸ ਫਿਲਮ ਦਾ ਭਾਗ ਰਹੇ ਹੈ ਭਾਜੀ ਅਸੀਂ ਸਰਪ੍ਰਾਈਜ਼ ਆ ਕਿ ਸਾਨੂੰ ਪਤਾ ਨਹੀਂ ਸੀ ਕਿ ਸਾਡੇ ਕੋਲ ਇਹ ਵਾਲਾ ਐਮੀ ਵੀ ਹੈਗਾ ਆ
हर बंदे अपने काम नाल जवाब दिता लोकां नूं कोई बोल के जो ऐदा नहीं के जे कमेंट आउंदे उहदे नाल जवाब दिता अज्ज इह तों बाद सारे लोग की कह रहे ने एनी बाई तारीफ कर रहे ने हणा सो सारी फिल्म इन्हां ने बाद च संभाली हुई अपने मोढे ते चक्की हुई है और प्रमात्मा करे इस तों भी वड्डा सिनेमा देखण नूं मिले असीं जितेंद्र भाई उहनां दा बहुत बहुत धन्नवाद करदे आं जेन्युइनली वन ऑफ द बेस्ट डायरेक्टर जिहड़े अपनी इंडस्ट्री नूं मिले ਉਹਨਾਂ ਨਾਲ ਅਸੀਂ ਅੱਗੇ ਕੰਮ ਕਰਦੇ ਹਾਂ ਉਹ ਵੀ ਅਕਾਲਪੁਰ ਪਹੁੰਚਾਉਂਦਾ ਹੋਰਾਂ ਨਾਲ ਵੀ ਉਹ ਕੰਮ ਕਰਨਗੇ ਤੇ ਆਪਣੀ ਇੰਡਸਟਰੀ ਲਈ ਬਹੁਤ ਇੱਕ ਜਣੇ ਦੀ ਇਹ ਵਧੀਆ ਤੇ ਚੰਗੀ ਗੱਲ ਹੈ ਰਿਦਮ ਬੋਇਜ਼ ਦਾ ਅਸੀਂ ਧੰਨਵਾਦ ਕਰਦੇ ਹਾਂ ਨਾਲ ਸਟੂਡੀਓ ਵਾਲਿਆਂ ਦਾ ਜਿਨ੍ਹਾਂ ਨੇ ਇੰਨੇ ਪੈਸੇ ਲਾਏ ਫਿਲਮ ਤੁਸੀਂ ਦੀ ਗੱਲ अपनी फिल्म करते हैं चीजा रिपीट होंगे रिंदियां ने कॉमेडी चीजा प्लस भी नहीं ज्यादा हो सकती फिर उस बार हम एक्शन फिल्म हुई है पहली बार इदा का साउंड जो सू सुन मिले मैं आई डोंट थिंक सो इदा किसी भी पंजाबी फिल्म हिंदी च भी घट सुना होगा किसी भी पंजाबी फिल्म के साउंड दूजे नंबर से जिन्होंने साउंड डिजाइन किया उन्होंने मैंने बंटी भाजी ने मैसेज पढ़ाया उन्होंने आप में फिल्म बहुत ज्यादा वधिया लगी वो कहते भी असं इदा दिन फिल्मा साउथ के करते हैं सूँ पंजाबी फिल्म पहली असं की है सूँ वन ऑफ द बेस्ट लगी जरनैल भाजी मार्क रंधावा अमीक साहब कले कले करैक्टर जिम्मे पचादे होना नरैने का सत्तू का कले कले बंद जे रब ना करे कोई मिसअपन होंगे तो तुम्हें जनरली एक दर्द होंगे यार नहीं नहीं होना चाहिए जोड़ा फिल्म के हर बंद ने बाखूबी निभाया मां का रोल भैन का रोल प्यो का रोल हर बंद ने बाकमाल उस तो बाद ये चलो कल एक्टर्स की तो उन्होंने बंद ने ड्यूटी नहीं होंगी ये जी प्रमोशन की है भाजी उन्होंने पिछले एक हफ्ते तो लैके मैं देव भाई तो असं है नहीं सके असं थोड़ा जहा उलझे हुए थे क्योंकि पहला 16 की फिल्म तो भाजी उन्होंने मोर्चा सामभिया वीर होनी सारे नाल खड़े ने वीर होनी सारे मतलब तुर फिर के जो अच्छ एड्डी वीड्डी ओपनिंग लग रही है फिल्म तो इन्हों की बदौलत है जो अभी सीधी तुम गल कही साढ़े तो फिल्म नहीं गर्म हुई दोवा वीर इन्होंने गिच के रखा पिछला हफ्ता काम पूरा हाँ जी दोपहरे 12:30 पंजाब लैंड हुए उदों ते मुंबई सीगे ऑलमोस्ट पिछले 2 महीनों तों जदों दा साडा शूट फिनिश होया होया एडिट बैक टू बैक चलता है क्योंकि एड्डी फिल्म रिलीज़ करने लई भी उन्होंने एडिट भी चंगा होना चाहिए साउंड मिक्सिंग एवरीथिंग हूँ जी लैंगुएज तुम्हें यूज़ की फिल्म के मालवे एरिए है हूँ अद्धे तो जिम्मे मार्क रंधावा वो मतलब माझे का जरनैल भाजी माझे तो ने होर 5-7 बंद जे माझे तो ने उन्होंने वो शब्द ती वो सारिया चीज़ा डबिंग ध्यान रखना सो बरीकियों का ज़्यादा ध्यान रखा गया छोटी छोटी गोली वजी उथे मरे है कुछ कहिंदे सीगे हिसार जेल दे विच फांसी दित्ती गई है कुछ कहिंदे सीगे जी इह अपना काले पानी दी सजा कट के आ गए सीगे फिर लाहौर दे विच इन्हां नूं दुबारा देखा गया सो मतलब इन्नियां कंसेप्शन सीगियां आपां इक रिशाल ते ही नबेड़दा भी आपदे आपे सोची जा जिहड़ा वधिया गल है वीर उत्ते तक क्योंकि गलत एंड करन नाल इन्ना के जायज एंड होवे ठीक है हिम्मत मार के तड़के इस वक्त उठ के सारे रिव्यूज लेने लोगों के सानू अपनी वीडियोस भेज दियो अभी तुहाडे सारेयां दा बहुत बहुत धन्यवाद कर ठंडा ही पैगी शरीर ला एक बार क्या बात है।
ਮੌਜੂਦ ਨੇ ਨਾਇਕ ਰਿਕਾਰਡ ਜੀ, ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਕੰਗਰੈਚੁਲੇਸ਼ਨਸ। ਥੈਂਕ ਯੂ ਸੋ ਮਚ। ਥੈਂਕ ਯੂ। ਕੀ ਕਹਿਣਾ ਚਾਹੋਗੇ ਆਪਣੇ ਕਿਰਦਾਰ ਲਈ ਇਸ ਫਿਲਮ ਲਈ? ਮੈਂ ਇਹ ਕਹਿਣਾ ਚਾਹਾਂਗੀ ਕਿ ਯਾਰ ਮੈਂ ਜਦੋਂ ਮੈਂ ਐਂਟਰ ਹੋ ਰਹੀ ਸੀ ਨਾ ਇੱਥੇ, ਤਾਂ ਮੈਨੂੰ ਬਸ ਮਨ 'ਚ ਇਹੀ ਚੱਲ ਰਿਹਾ ਸੀ ਕਿ ਪਤਾ ਨਹੀਂ ਕਿੱਦਾਂ ਦਾ ਮੈਂ ਕੀਤਾ ਹੋਏਗਾ ਜਾਂ ਮੈਂ ਕਿੱਦਾਂ ਦੀ ਪਰਫੋਰਮੈਂਸ ਦਿੱਤੀ ਹੋਏਗੀ। ਬਹੁਤ ਨਰਵਸ ਸੀ ਅਤੇ ਹੁਣ ਜਦ ਬਾਹਰ ਆਈ ਹਾਂ ਅਤੇ ਇੱਦਾਂ ਦਾ ਰਿਸਪੋਂਸ ਮਿਲ ਰਿਹਾ, ਮਤਲਬ ਲੋਕ ਫੋਟੋਆਂ ਖਿਚਾ ਰਹੇ, ਆਪਣੇ ਆਪ ਬਹੁਤ ਖੁਸ਼ਕਿਸਮਤ ਫੀਲ ਕਰ ਰਹੀ ਹਾਂ ਔਰ ਇਮੋਸ਼ਨਲ ਬਹੁਤ ਜ਼ਿਆਦਾ ਹਾਂ। ਥੈਂਕ ਯੂ ਕਿ ਬਸ ਮੇਰੇ ਮੂੰਹ ਚੋਂ ਸਿਰਫ ਥੈਂਕ ਯੂ ਨਿਕਲ ਰਿਹਾ। ਥੈਂਕ ਯੂ ਰਿਦਮ ਬੋਇਸ, ਥੈਂਕ ਯੂ ਐਮ ਬੀ ਸਰ, ਥੈਂਕ ਯੂ ਕਰਨ ਸਰ, ਥੈਂਕ ਯੂ ਜਤਿੰਦਰ ਮੌਰ ਸਰ ਕਿ ਤੁਸੀਂ ਮੈਨੂੰ ਚਾਂਸ ਦਿੱਤਾ ਔਰ ਮੈਨੂੰ ਮੌਕਾ ਮਿਲਿਆ ਕਿ ਮੈਂ ਮੌੜ ਜੈਸੀ ਆਪਣੀ ਪੰਜਾਬੀ ਇੰਡਸਟਰੀ ਦੀ ਇੰਨੀ ਵੱਡੀ ਫਿਲਮ ਦਾ ਇੱਕ ਹਿੱਸਾ ਹਾਂ। ਸੋ ਮੈਂ ਬਹੁਤ ਬਲੈਸਡ ਫੀਲ ਕਰ ਰਹੀ ਹਾਂ। ਅੱਛਾ, ਫੈਮਲੀ ਦੇ ਵਿੱਚ ਉਹ ਫਿਲਮ ਕਿੰਨੇ ਕਿੰਨੇ ਵੇਖ ਲਈਏ ਅਤੇ ਕੀ ਕੰਪਲੀਮੈਂਟ ਮਿਲ ਗਿਆ? ਫੈਮਲੀ ਇੱਥੇ ਆਈ ਹੋਈ ਹੈ, ਉਹ ਸ਼ਾਇਦ ਨਿਕਲ ਗਏ ਹੋਣਗੇ ਅਤੇ ਸੋ ਉਹਨਾਂ ਨਾਲ ਮੇਰੀ ਹੁਣੇ ਜਦ ਗੱਲ ਹੋਈ ਤਾਂ ਉਹਨਾਂ ਨੂੰ ਬਹੁਤ ਵਧੀਆ ਲੱਗਾ ਐਂਡ ਬਸ ਪ੍ਰਾਊਡ ਫੀਲ ਕਰ ਰਹੇ ਸੀ ਕਿਉਂਕਿ ਫੈਮਲੀ ਤਾਂ ਮੈਨੂੰ ਲੱਗਦਾ ਹਰ ਵਕਤ ਤੁਹਾਨੂੰ ਹਰ ਚੀਜ਼ ਸਪੋਰਟ ਕਰਦੀ ਕਰਦੀ ਹੈ। ਸੋ ਕੀ ਕਹੋਗੇ ਦਰਸ਼ਕਾਂ ਲਈ? ਇੱਕ ਇੱਕ ਇਮੋਸ਼ਨਲ ਮੂਮੈਂਟ ਵੀ ਹੈ ਨਾ ਓਬਵੀਅਸਲੀ, ਔਰ ਇੱਕ ਸੁਪਨਾ ਜਿਹੜਾ ਜਦੋਂ ਪੂਰਾ ਹੁੰਦਾ ਅਸੀਂ ਆਪਣੇ ਆਪ ਨੂੰ ਦੇਖਦੇ ਹਾਂ ਵੱਡੀ ਸਕਰੀਨ 'ਤੇ ਦੇਖਣ ਦਾ ਸੁਪਨਾ ਹੁੰਦਾ ਜਿਹੜਾ, ਜਦੋਂ ਉਹ ਪੂਰਾ ਹੁੰਦਾ ਅਤੇ ਦਿਲ 'ਚ ਕਿਹੋ ਜਿਹੀ ਫੀਲ? ਪਹਿਲਾਂ ਤਾਂ ਮੈਂ ਨਾ ਸੱਚੀ ਮੈਂ ਜਦ ਮੂਵੀ ਖਤਮ ਹੋਈ ਮੇਰੇ ਹਾਂ ਮੈਂ ਆਪਣੇ ਆਪ ਨੂੰ ਰੋਕ ਹੀ ਨਹੀਂ ਪਾਈ। ਆਈ ਲਿਟਰਲੀ ਗੋਟ ਇਮੋਸ਼ਨਲ ਕਿਉਂਕਿ ਯੂ ਨੋ ਸਾਡੀ ਜਰਨੀ ਬਾਰੇ ਨਾ ਸਿਰਫ ਸਾਨੂੰ ਹੀ ਪਤਾ ਹੁੰਦਾ ਜਦ ਆਪਾਂ ਉਹਨਾਂ ਚੀਜ਼ਾਂ 'ਚੋਂ ਗੋ ਥਰੂ ਕਰ ਰਹੇ ਹੁੰਦੇ ਹਾਂ। ਸੋ ਆਫਟਰ 7 ਈਅਰਸ ਆਪਣੇ ਆਪ ਨੂੰ ਇੰਨੇ ਵੱਡੇ ਪਰਦੇ 'ਤੇ ਵੇਖਣਾ ਆਪਣੇ ਆਪ 'ਚ ਮੈਨੂੰ ਲੱਗਦਾ ਕਿ ਮੈਨੂੰ ਬਹੁਤ ਬਲੈਸਡ ਫੀਲ ਹੋ ਰਿਹਾ ਹੈ। ਇਟਸ ਅ ਵੈਰੀ ਬਿਗ ਬਲੈਸਿੰਗ ਔਰ ਆਪਣੇ ਆਪ ਨੂੰ ਵੱਡੇ ਪਰਦੇ 'ਤੇ ਵੇਖਣਾ ਔਰ ਇੰਨੇ ਵੱਡੇ ਪ੍ਰੋਡਕਸ਼ਨ ਹਾਊਸ 'ਚ ਵੇਖਣਾ ਉਹ ਆਪਣੇ ਆਪ 'ਚ ਬਹੁਤ ਵੱਡੀ ਗੱਲ ਹੈ। ਐਮ ਬੀ ਸਰ ਦੇ ਅਪੋਜ਼ਿਟ ਡੈਬਿਊ ਕਰਨਾ, ਮੈਨੂੰ ਲੱਗਦਾ ਕਿ ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੈਨੂੰ ਐਮ ਬੀ ਸਰ ਦੇ ਅਪੋਜ਼ਿਟ ਡੈਬਿਊ ਕਰਨ ਦਾ ਮੌਕਾ ਮਿਲਿਆ ਕਿ ਜੋ ਆਪਣੇ ਆਪ 'ਚ ਹੀ ਚੱਲਦੇ ਫਿਰਦੇ ਯੂ ਨੋ ਇੱਕ ਐਕਟਿੰਗ ਦੇ ਇੰਸਟੀਟਿਊਸ਼ਨ ਹੈ, ਉਹਨਾਂ ਨੇ ਇੰਨੇ ਜ਼ਿਆਦਾ ਵਧੀਆ ਵਧੀਆ ਕਿਰਦਾਰ ਕੀਤੇ ਹੈ ਅਤੇ ਉਹਨਾਂ ਨਾਲ ਕੰਮ ਕਰਕੇ ਮੈਨੂੰ ਬਹੁਤ ਬਲੈਸਡ ਫੀਲ ਹੋ ਰਿਹਾ ਕਿਉਂਕਿ ਇਹਨਾਂ ਨੇ ਮੈਨੂੰ ਫੀਲ ਹੀ ਨਹੀਂ ਕਰਵਾਇਆ ਕਿ ਇਹ ਮੇਰਾ ਡੈਬਿਊ ਹੈ। ਸੋ ਮੈਂ ਬਹੁਤ ਬਲੈਸਡ ਫੀਲ ਕਰ ਰਹੀ ਹਾਂ। ਬਿਲਕੁਲ, ਪੇਸ਼ੈਂਸ ਅਤੇ ਹਾਰਡਵਰਕ ਦਾ ਜ਼ਰੂਰ ਮੁੱਲ ਪੈਂਦਾ, ਸੋ ਤੁਹਾਡਾ ਵੀ ਪਿਆ। ਆਈ ਹੋਪ ਆਉਣ ਵਾਲੇ ਸਮੇਂ 'ਚ ਚੰਗੀਆਂ ਚੰਗੀਆਂ ਫਿਲਮਾਂ ਕਰਦੇ ਰਹੋ। ਥੈਂਕ ਯੂ ਸੋ ਮਚ। ਥੈਂਕ ਯੂ। ਦਰਸ਼ਕਾਂ ਲਈ ਕੀ ਕਹੋਗੇ ਸਪੈਸ਼ਲੀ ਜਾਂਦੇ ਜਾਂਦੇ ਕਿ ਹੁਣ ਜਿਨ੍ਹਾਂ ਨੇ ਫਿਲਮ ਦੇਖਣੀ ਹੈ ਔਰ ਜਿਨ੍ਹਾਂ ਨੇ ਵੇਖ ਲਈ ਹੈ ਸਪੈਸ਼ਲੀ ਉਹਨਾਂ ਲਈ? ਸੋ ਮੈਂ ਬਸ ਇਹੀ ਕਹਿਣਾ ਚਾਹਾਂਗੀ, ਪਹਿਲਾਂ ਤਾਂ ਥੈਂਕ ਯੂ ਸੋ ਮਚ ਅਗਰ ਤੁਸੀਂ ਮੂਵੀ ਵੇਖ ਲਈ ਹੈ ਐਂਡ ਅਗਰ ਨਹੀਂ ਵੇਖੀ ਦੈਨ ਪਲੀਜ਼ ਜ਼ਰੂਰ ਮੌੜ ਵੇਖਣ ਜਾਓ ਕਿਉਂਕਿ ਇਹ ਮੂਵੀ ਹਰ ਦਰਸ਼ਕ ਲਈ ਬਣੀ ਹੈ, ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ। ਤੁਸੀਂ ਜਦ ਮੂਵੀ ਵੇਖੋਗੇ ਤੁਹਾਨੂੰ ਪਤਾ ਲੱਗੇਗਾ ਕਿ ਸਾਡੀ ਪੰਜਾਬੀ ਹਿਸਟਰੀ ਕਿੰਨੀ ਜ਼ਿਆਦਾ ਰਿਚ ਸੀ, ਇਹਦੇ ਵਿੱਚ ਵੀ ਕਿੰਨੇ ਜ਼ਿਆਦਾ ਐਸੇ ਨਾਇਕ ਜਾਂ ਐਸੇ ਹੀਰੋਜ਼ ਰਹੇ ਹੈ ਜਿਨ੍ਹਾਂ ਦੇ ਬਾਰੇ ਲੋਕਾਂ ਨੂੰ ਪਤਾ ਹੋਣਾ ਬਹੁਤ ਜ਼ਰੂਰੀ ਹੈ। ਸੋ ਜਿਉੜਾ ਮੌੜ ਜੀ ਦੀ ਸਟੋਰੀ ਕੁਝ ਐਸੀ ਹੈ, ਸੋ ਪਲੀਜ਼ ਦੇਖਣ ਜਾਓ। ਤੁਹਾਡਾ ਆਪਣਾ ਖੁਦ ਦਾ ਸੀਨ ਕਿਹੜਾ ਫੇਵਰੇਟ ਹੈ? ਮੇਰਾ ਆਪਦਾ ਸੀਨ, ਵੈਸੇ ਮੈਨੂੰ ਜਿਹੜਾ ਨਿਗਾਹ ਸੌਂਗ ਦੇ ਜਿੰਨੇ ਵੀ ਸੀਨਸ ਹੈ ਬਹੁਤ ਪਸੰਦ ਹੈ, ਪਰ ਮੈਨੂੰ ਉਹ ਵਾਲਾ ਸੀਨ ਬਹੁਤ ਪਸੰਦ ਹੈ ਜਿਹਦੇ ਵਿੱਚ ਉਹ ਪਰਦਾ ਹਟਾ ਕੇ ਜਿਉਣੇ ਨੂੰ ਕਹਿੰਦੀ ਹੈ ਕਿ ਤੇਰੇ ਤਾਂ ਮੂੰਹ 'ਤੇ ਵੀ ਸੱਟਾਂ ਲੱਗੀਆਂ। ਸੋ ਉਹ ਵਾਲਾ ਸੀਨ ਮੈਨੂੰ ਬਹੁਤ ਵਧੀਆ ਲੱਗਦਾ। ਸੋ ਜਿਉਣੇ ਦੇ ਨਾਲ ਇਹਨਾਂ ਦਾ ਜਿਹੜਾ ਕਿਰਦਾਰ ਹੈ ਸਾਨੂੰ ਬਹੁਤ ਹੀ ਚੰਗਾ ਲੱਗਿਆ, ਸੋ ਥੈਂਕ ਯੂ ਸੋ ਮਚ ਐਂਡ ਆਲ ਦਾ ਵੈਰੀ ਬੈਸਟ। ਥੈਂਕ ਯੂ ਸੋ ਮਚ। ਵਿਕਰਮਜੀਤ ਵਿਰਕ ਸਾਡੇ ਨਾਲ ਮੌਜੂਦ ਨੇ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਸਲੀ ਤਾਂ ਨਹੀਂ ਹੈਗੀ? ਹਾਂਜੀ, ਅਸਲੀ ਤਾਂ ਨਹੀਂ ਆ ਕੁਛ? ਨਹੀਂ, ਅਸਲੀ ਆ ਇਹ, ਗੋਲੀਆਂ ਵਿੱਚ ਪਈਆਂ, ਬਚ ਕੇ ਰਹੋ, ਜਰਾ ਦੂਰ ਰਹੋ, ਥੋੜਾ ਦੂਰ ਰਹੋ ਜੀ। ਸੋ ਮੈਂ ਨਾ ਇੰਟਰਵਿਊ 'ਚ ਤੁਹਾਨੂੰ ਇੱਕ ਗੱਲ ਕਹੀ ਸੀ, ਮੈਂ ਕਿਹਾ ਜਦੋਂ ਫਿਲਮ ਆਊਗੀ ਨਾ ਡੋਗਰ ਦੀ ਇੱਕ ਅਲੱਗ ਫੈਨ ਫੋਲੋਇੰਗ ਹੋਣੀ ਹੈ ਤੇ ਬਾਕੀ ਉਹ ਚੀਜ਼ ਮੈਨੂੰ ਲੱਗ ਰਹੀ ਆ, ਖੁਦ ਨੂੰ ਫੀਲ ਹੋ ਰਹੀ, ਬਹੁਤ ਤਾਰੀਫ ਆ ਰਹੀਆਂ ਨੇ ਤੁਹਾਡੀ। ਚਲੋ ਸ਼ੁਕਰ ਹੈ ਤੁਹਾਡਾ ਸਾਰਿਆਂ ਦਾ, ਸਾਰੇ ਜਿਨ੍ਹਾਂ ਨੇ ਫਿਲਮ ਦੇਖੀ ਹੈ ਪਸੰਦ ਕੀਤਾ ਹੈ। ਮੈਨੂੰ ਲੱਗਦਾ ਮੈਂ ਜਿੰਨੇ ਕੁ ਜੋਗਾ ਹੀ ਜੋ ਹੁਣ ਤੱਕ ਸਿੱਖਿਆ ਮੈਂ ਆਪਣੇ ਵੱਲੋਂ ਵਧੀਆ ਕਰਨ ਦੀ ਕੋਸ਼ਿਸ਼ ਕੀਤੀ ਹੈ। ਤੁਸੀਂ ਹੁਣ ਮੈਨੂੰ ਇਹ ਪਲੀਜ਼ ਦੱਸੋ ਕਿ ਤੁਹਾਨੂੰ ਸਵੇਰੇ ਅਸੀਂ ਨਾ ਰਿਵਿਊ ਲੈਣ ਗਏ ਸੀਗੇ, ਹਾਊਸਫੁੱਲ ਸੀਗਾ ਇੱਕ ਤਾਂ, ਦੂਜਾ ਲੋਕ ਤਾਰੀਫ ਬਹੁਤ ਕਰ ਰਹੇ ਸੀ ਕਿ ਉਹ ਸਾਰਾ 'ਚ ਲੈ ਗਈ ਫਿਲਮ, ਸਪੈਸ਼ਲੀ ਐਮੀ ਦੇਵ ਔਰ ਤੁਹਾਡੀ ਕੁਲਜਿੰਦਰ ਸਰ ਦੀ ਬਹੁਤ ਤਾਰੀਫ ਹੋ ਰਹੀ ਸੀ, ਸੋ ਕੀ ਕਹਿਣਾ ਹੈ ਸਭ ਤੋਂ ਤੁਹਾਨੂੰ ਬੈਸਟ ਕੰਪਲੀਮੈਂਟ ਕਿਹੜਾ ਮਿਲ ਗਿਆ ਹੁਣ ਤੱਕ ਸਵੇਰ ਦਾ? ਮੈਨੂੰ ਸਾਰੇ ਇਹੀ ਕਹਿ ਰਹੇ ਨੇ ਕਿ ਅਸੀਂ ਤੇਰੇ ਤੋਂ ਬਿਨਾਂ ਡੋਗਰ ਕੋਈ ਹੋਰ ਸੋਚ ਨਹੀਂ ਸਕਦੇ, ਕੋਈ ਵੇਖ ਨਹੀਂ ਸਕਦੇ, ਤੋ ਇਹ ਕਿਤੇ ਨਾ ਕਿਤੇ ਸਾਰਿਆਂ ਦੀ ਬਹੁਤ ਵੱਡੀ ਗੱਲ ਹੈ ਮੇਰੇ ਲਈ ਅਤੇ ਸਾਰਿਆਂ ਨੇ ਬਹੁਤ ਸੋਹਣਾ ਕੰਮ ਕੀਤਾ ਹੈ। ਐਮੀ ਵਿਰਕ ਵੀਰ ਨੇ ਆਪਣੀ ਥਾਂ 'ਤੇ ਬਹੁਤ ਸੋਹਣਾ ਕੰਮ ਕੀਤਾ, ਦੇਵ ਖਰੌੜ ਨੇ, ਨਾਇਕਰਾ ਨੇ, ਹਰ ਇੱਕ ਨੇ, ਮੈਂ ਕਹੂੰਗਾ ਚਤਰੇ ਨੇ, ਮਾਕ ਰੰਧਾਵੇ ਨੇ, ਕੁਲਜਿੰਦਰ ਸਿੱਧੂ ਨੇ, ਪਰਮਵੀਰ ਸਿੰਘ ਨੇ, ਸਾਰਿਆਂ ਨੇ ਬਹੁਤ ਸੋਹਣਾ ਕੰਮ ਕੀਤਾ ਅਤੇ ਮੈਂ ਜੈਨੂਨਲੀ ਦੱਸ ਰਿਹਾ ਸਾਰਿਆਂ ਦਾ ਕੰਮ ਮੈਨੂੰ ਪਰਸਨਲੀ ਬਹੁਤ ਪਸੰਦ ਆਇਆ।
ਐਂਡ ਤੇ ਜਿਹੜਾ ਫਾਈਟਿੰਗ ਸੀਨ ਆਉਂਦਾ ਹੈ ਨਾ ਉਹ ਬਹੁਤ ਜ਼ਿਆਦਾ ਆਇਕੋਨਿਕ, ਆਈ ਥਿੰਕ ਆਉਣ ਵਾਲੇ ਸਮੇਂ ਦੇ ਵਿੱਚ ਵੀ ਨਾ ਉਹ ਸੀਨ ਨੂੰ ਜ਼ਰੂਰ ਡਿਸਕ੍ਰਾਈਬ ਕੀਤਾ ਜਾਇਆ ਕਰੂਗਾ, ਚਾਹੇ ਫਿਰ ਫਿਲਮ ਸਟੱਡੀਜ਼ ਵਾਸਤੇ ਹੋਵੇ ਜਾਂ ਫਿਰ ਵੈਸੇ ਪੰਜਾਬੀ ਸਿਨੇਮਾ ਦੀ ਗੱਲ ਹੋਊਗੀ ਨਾ, ਅਤੇ ਉਹ ਸੀਨ ਜਿਹੜਾ ਬਹੁਤ ਆਇਕੋਨਿਕ ਬਣ ਜੂਗਾ, ਉਸ ਸੀਨ ਦੀ ਕੋਈ ਯਾਦ ਸਾਂਝੀ ਕਰਨਾ ਚਾਹੋ? ਯਾਦਾਂ ਕਾਫੀ ਨੇ, ਉਹ ਮੇਰੇ ਖਿਆਲ 'ਚ ਕੋਠੇ ਜਦੋਂ ਛਾਲ ਮਾਰੀ ਸੀ ਕਾਫੀ ਔਖਾ ਸੀਗਾ ਉਹ, ਹੈ ਨਾ, ਥੱਲੇ ਸਾਰਾ ਕੁਝ ਔਖਾ ਸੀਗਾ ਜਦੋਂ ਬੰਦੇ 'ਤੇ ਗੋਲੀਆਂ ਵੱਜਦੀਆਂ, ਜ਼ਿੰਦਗੀ 'ਚ ਕਿਤੇ 7-8 ਗੋਲੀਆਂ ਵੱਜੀਆਂ ਹੋਣ, ਅਤੇ ਉਹ ਇਮੈਜਿਨ ਕਰਨਾ, ਉਹ ਸੋਚਣਾ, ਇੱਕ ਜਿਹੜੀ ਫੀਲਿੰਗ ਹੈ ਅੰਦਰ ਤੁਹਾਡੀ ਇੰਟਰਨਲ ਫੀਲਿੰਗ ਹੈ ਜਿਹੜੀ, ਉਹ ਬਹੁਤ ਔਖੀ ਚੀਜ਼ ਹੈ, ਅਤੇ ਉਹ ਕਿਤੇ ਨਾ ਕਿਤੇ ਮੈਨੂੰ ਮਤਲਬ ਇੰਨੀ ਆਸਾਨੀ ਨਾਲ ਨਹੀਂ ਸੀ ਹੋਇਆ, ਮੈਨੂੰ ਲੱਗਿਆ ਵੀ ਮੇਰਾ ਕਿਤੇ ਨਾ ਕਿਤੇ ਬਹੁਤ ਟਿਲ ਲੱਗਾ ਸੀ, ਬਹੁਤ ਐਨਰਜੀ ਲੱਗੀ ਸੀ, ਬਹੁਤ ਜ਼ੋਰ ਲੱਗਾ ਸੀਗਾ, ਅਤੇ ਬਟ ਠੀਕ ਹੈ, ਸੋਹਣਾ ਨਿਕਲ ਗਿਆ ਹੈ। ਹਾਂ ਐਗਜੈਕਟਲੀ, ਕਿਉਂਕਿ ਉਹਦੇ ਗੋਲੇ ਵੱਜ ਰਹੀਆਂ ਫਿਰ ਵੀ ਉਹ ਬੰਦੇ 'ਚ ਕਿਤੇ ਨਾ ਕਿਤੇ ਅਣਖ ਹੈ, ਅਤੇ ਉਹ ਜਿਹੜੇ ਡਾਇਲੋਗਸ ਬੋਲ ਰਿਹਾ ਹੈ ਨਾ, ਉਹ ਕੀ ਤੇਰੀ ਮੇਰੀ ਕਹਾਣੀ ਵੀ ਆਉਂਦੇ ਸਮੇਂ ਤੱਕ ਯਾਦ ਰਹਿਣੀ ਹੈ। ਸੋ ਦਰਸ਼ਕਾਂ ਲਈ ਕੀ ਕਹਿਣਾ ਚਾਹੋਗੇ? ਜਦ ਦਰਸ਼ਕਾਂ ਨੂੰ ਕਹਿਣਾ ਚਾਹੂੰਗਾ ਕਿ ਮੌੜ ਜਿਹੜੀਆਂ, ਮੌੜ ਵਰਗੀਆਂ ਫਿਲਮਾਂ ਕਦੇ ਕਦੇ ਬਣਦੀਆਂ ਨੇ, ਇਹ ਸਾਡੇ ਪੰਜਾਬੀ ਸਿਨੇਮਾ ਲਈ, ਪੰਜਾਬ ਲਈ ਮੈਂ ਕਹੂੰਗਾ ਕਿ ਮਾਣ ਵਾਲੀ ਗੱਲ ਹੈ ਕਿ ਜੌਨੀ ਮੌੜ ਜੋ ਕਿ ਰੋਬਿਨ ਹੁੱਡ ਨੇ ਸਾਡੇ ਪੰਜਾਬ ਦੇ ਐਡੇ ਵੱਡੇ ਹੀਰੋ ਨੇ ਰਹੇ ਨੇ, ਉਹਨਾਂ 'ਤੇ ਇੱਕ ਫਿਲਮ ਬਣੀ ਹੈ ਜੋ ਕਿ ਬਹੁਤ ਖੂਬਸੂਰਤ ਬਣਾਈ ਹੈ, ਜਤਿੰਦਰ ਮੋਹਰ ਜੀ ਨੇ, ਕਾਰਜ ਗਿੱਲ ਜੀ ਪ੍ਰੋਡਿਊਸਰ ਨੇ, ਜਤਿੰਦਰ ਜਤਿਨ ਸੇਠੀ ਜੀ, ਸਾਰਿਆਂ ਦਾ ਬਹੁਤ ਸੋਹਣਾ ਕੰਮ ਹੈ, ਫਿਲਮ ਜ਼ਰੂਰ ਜਾ ਕੇ ਵੇਖੋ, ਅਤੇ ਇਹ ਫਿਲਮ ਮਿਸ ਕਰਨ ਵਾਲੀ ਨਹੀਂ ਹੈਗੀ, ਤੁਸੀਂ ਮਤਲਬ ਫੁੱਲ ਇੰਜੋਏ ਕਰੋਗੇ। ਸੋ ਜਿਉਣੇ ਮੋੜ ਦੀ ਭੈਣ ਬਿਸ਼ਨੀ ਸਾਡੇ ਨਾਲ ਹੈ, ਯਾਨੀ ਕਿ ਰਿਚਾ ਭੱਟ ਨੇ, ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ, ਕੀ ਹਾਲ ਚਾਲ? ਮੈਂ ਬਹੁਤ ਵਧੀਆ, ਤੁਸੀਂ ਕਿਵੇਂ? ਬਹੁਤ ਹੀ ਵਧੀਆ, ਤੁਹਾਨੂੰ ਇੰਟਰਵਿਊ 'ਚ ਵੀ ਕਿਹਾ ਸੀ ਅਤੇ ਹੁਣ ਵੀ ਕਹਿ ਰਹੀ ਹਾਂ, ਸਵਾਗਤ ਹੈ ਪੰਜਾਬ 'ਚ ਅਤੇ ਪੰਜਾਬੀ ਸਿਨੇਮਾ 'ਚ। ਥੈਂਕ ਯੂ ਸੋ ਮਚ ਜੀ, ਸਵਾਗਤ ਵਾਲੀ ਜੋ ਬਾਤ ਹੈ, ਆਪ ਲੋਕ ਦੁਆਏ ਦੇ ਕਿ ਇਹ ਅਬ ਠਹਿਰ ਜਾਓ, ਮੈਂ ਇੱਧਰ ਠਹਿਰ ਜਾਓ। ਸੋਹਣੇ ਬਹੁਤ ਲੱਗ ਰਹੇ ਹੋ, ਇਹ ਡਿਜ਼ਾਈਨਰ ਕੌਣ ਹੈ ਤੁਹਾਡਾ? ਮੇਰੀ ਮਾਂ ਹੈ, ਇਹ ਮੇਰੀ ਮਾਂ ਕੀ ਸਾੜੀ ਹੈ, ਇਹ ਦੁਆਏ ਮੈਨੇ ਆਪਣੇ ਤਨ ਸੇ ਲਪੇਟੀ ਹੋਈ ਹੈ, ਆਪ ਕਹਿ ਸਕਤੇ ਹੈਂ ਜੀ। ਮਾਂ ਦਾ ਪਿਆਰ ਅਤੇ ਦੁਆਵਾਂ ਜਦੋਂ ਨਾਲ ਹੋਣ ਤਾਂ ਓਬਵੀਅਸਲੀ ਅਸੀਂ ਸਕਸੈਸ ਹੋ ਹੀ ਜਾਂਦੇ ਹਾਂ, ਹੈ ਨਾ। ਸੋ ਕਿਵੇਂ ਲੱਗਿਆ ਆਪਣੇ ਆਪ ਨੂੰ ਵੱਡੇ ਪਰਦੇ 'ਤੇ ਵੇਖ ਕੇ? ਹੋਏ 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 ਹੋਏ, ਚਾਹ ਹੀ ਚੜ ਗਿਆ ਮੈਨੂੰ, ਸੋ ਬਹੁਤ ਜ਼ਿਆਦਾ ਅੱਛਾ ਲੱਗਾ, ਮੇਰੇ ਗੂਸ ਬੰਪਸ ਆਨ ਤੇ ਬੇਸਿਕਲੀ। ਆਪਣੇ ਆਪ ਨੂੰ ਇਤਨੇ ਬੜੀ ਸਕਰੀਨ ਪਰ ਦੇਖਣਾ, ਆਪ ਸਿਰਫ ਮੈਂ ਖੁਆਬੋਂ ਮੇਂ ਦੇਖਾ ਕਰਤੀ ਥੀ, ਅਬ ਜਬ ਸਪਨਾ ਸਾਹਮਣੇ ਖੜਾ ਥਾ, ਮੈਂ ਔਰ ਮੇਰੀ ਬਹਿਨ ਹਮ ਦੋਨੋਂ ਰੋ ਰਹੇ ਥੇ ਖੁਦ ਕੋ ਦੇਖ ਕੇ। ਅੱਛਾ, ਇੱਕ ਨਾ ਜਿਹੜਾ ਬ੍ਰਦਰ ਸਿਸਟਰ ਦਾ ਬੌਂਡ ਦਿਖਾਇਆ ਗਿਆ, ਇੱਕ ਉਹ ਭੈਣ ਜਿਹੜੀ ਪਹਿਲਾਂ ਆਪਣੇ ਵੱਡੇ ਭਰਾ ਨੂੰ ਕਹਿੰਦੀ ਹੈ ਕਿ ਯਾਰ ਤੂੰ ਮੇਰੇ ਨਾਲ ਇੱਕ ਪਲ ਹੋਰ ਰੁਕ ਜਾ, ਦੋ ਪਲ ਹੋਰ ਰੁਕ ਜਾ, ਫਿਰ ਉਹ ਦੂਸਰੇ ਭਰਾ ਨਾਲ ਵੀ ਉਹੀ ਚੀਜ਼ ਫੀਲ ਕਰਦੀ ਹੈ, ਉਹ ਜਦੋਂ ਉਹ ਸੀਨ ਕਰ ਰਹੀ ਸੀ, ਜਦੋਂ ਉਹ ਚੀਜ਼ਾਂ ਨਰੇਟ ਹੋਈਆਂ ਜਾਂ ਉਹ ਚੀਜ਼ਾਂ ਐਕਟ ਕੀਤੀਆਂ, ਉਹ ਅੰਦਰੋਂ ਕਿੱਦਾਂ ਦੀ ਫੀਲਿੰਗ ਸੀਗੀ ਉਸ ਕੁੜੀ ਬਾਰੇ ਜਿਹਨੇ ਅਸਲ ਦੇ ਵਿੱਚ ਉਹ ਚੀਜ਼ਾਂ ਹੰਢਾਈਆਂ ਹੋਣਗੀਆਂ? ਹਾਂ ਬਿਲਕੁਲ, ਮੈਂ ਅਸਲ ਮੈਂ ਉਸ ਚੀਜ਼ ਕੋ ਜੀਆ ਹੈ, ਮੇਰਾ ਭਾਈ ਵੀ ਆਰਮੀ ਸੇ, ਮੁਝਸੇ ਛੋਟਾ ਹੈ, ਬਹੁਤ ਕਮ ਉਮਰ ਮੈਂ ਵੋ ਆਰਮੀ ਜੁਆਇਨ ਕਰ ਲਿਆ ਥਾ ਉਸਨੇ, ਤੋ ਇਸ ਵਕਤ ਵੋ ਜਿਸ ਜਗ੍ਹਾ ਪੇ ਹੈ ਵੋ ਬਹੁਤ ਏਰੀਆ ਜੋ ਹੈ ਵੋ ਰਿਸਕੀ ਹੈ, ਤੋ ਯੇ ਨਾ ਕਹੀਂ ਦਿਲ ਮੇ ਹੋਤਾ ਹੈ ਜੋ ਆਪਕੀ ਪਰਫਾਰਮੈਂਸ ਮੇਂ ਦਿਖਤਾ ਹੋਤਾ ਹੈ, ਤੋ ਮੁਝੇ ਬਹੁਤ ਜ਼ਿਆਦਾ ਤਬਦੀਲੀ ਲਾਣੀ ਕੀ ਨਹੀਂ ਪੜੀ। ਬਿਸ਼ਨੀ ਔਰ ਰਚਾ ਕੀ ਜ਼ਿੰਦਗੀ ਆਲਮੋਸਟ ਆਲਮੋਸਟ ਸੇਮ ਹੀ ਹੈ, ਕਿਉਂਕਿ ਮੇਰਾ ਭਾਈ ਵੀ ਜਹਾਂ ਹੈ ਆਰਮੀ ਮੇਂ ਹੈ, ਵੋ ਵੀ ਸੇਵਾ ਹੀ ਕਰ ਰਹਾ ਹੈ, ਯੇ ਲੋਕ ਵੀ ਸੇਵਾ ਹੀ ਕਰ ਰਹੇ ਹੋਤੇ ਸਮਾਜ ਮੇਂ। ਬਹੁਤ ਵੱਡਾ ਕੰਪਲੀਮੈਂਟ ਮਿਲਿਆ। ਸੋ ਇੱਕ ਆਰਟਿਸਟ ਦਾ ਇਮੋਸ਼ਨਲ ਹੋਣਾ ਕਿੰਨਾ ਕੁ ਜ਼ਰੂਰੀ ਹੈ? ਬਹੁਤ ਜ਼ਰੂਰੀ ਹੈ, ਇਮੋਸ਼ਨਲ ਹੋਣਾ ਹੀ ਨਹੀਂ, ਮੈਨੂੰ ਲੱਗਦਾ ਹੈ ਕਿ ਹਰ ਅਹਿਸਾਸ ਇੱਕ ਐਕਟਰ ਮੇਂ ਹੋਣਾ ਚਾਹੀਏ, ਐਕਟਰ ਮੇਂ ਕਿਉਂ ਹਰ ਇਨਸਾਨ ਮੇਂ ਹੋਣਾ ਚਾਹੀਏ, ਵੋ ਯੇ ਪਹਿਚਾਨਣਾ ਚਾਹੀਏ ਕਿ ਮਤਲਬ ਆਪਕੇ ਜੋ ਅਹਿਸਾਸਾਤ ਹੈ ਆਪ ਕਿਸ ਕੋ ਬਖੂਬੀ ਐਕਸਪਲੇਨ ਕਰ ਸਕਤੇ ਹੈ ਜਾਂ ਐਕਸਪ੍ਰੈਸ ਕਰ ਸਕਤੇ ਹੈ, ਮੁਝੇ ਲੱਗਤਾ ਹੈ ਕਿ ਇਮੋਸ਼ਨਲ ਚੀਜ਼ੋਂ ਮੇਂ ਮੇਰਾ ਹੱਥ ਜ਼ਿਆਦਾ ਸਾਫ ਹੈ, ਤੋ ਇਸੀ ਲਈ ਵੋ ਚੀਜ਼ੇ ਦਿਖ ਰਹੀ ਥੀ ਬਾਕੀ। ਇੱਕ ਆਰਟਿਸਟ ਬੜਾ ਅਬਜ਼ਰਵਿੰਗ ਵੀ ਹੁੰਦਾ ਅਤੇ ਆਪਾਂ ਆਪਣੀ ਪਰਫੋਰਮੈਂਸ ਨੂੰ ਲੈ ਕੇ ਹਮੇਸ਼ਾ ਕੌਨਸ਼ੀਅਸ ਵੀ ਰਹਿੰਦੇ ਹਾਂ, ਸੋ ਜੇਕਰ ਆਪਾਂ ਫੇਵਰੇਟਸ ਦੀ ਗੱਲ ਕਰੀਏ ਤਾਂ ਇਸ ਫਿਲਮ ਦੇ ਵਿੱਚ ਤੁਹਾਨੂੰ ਆਪਣੀ ਪਰਫੋਰਮੈਂਸ ਕਿਹੜਾ ਸੀਨ ਹੈ ਜਿਹੜਾ ਫੇਵਰੇਟ ਲੱਗਿਆ? ਸੀਨ ਕਿਹੜਾ ਸੀਨ? ਹਾਂ ਫੇਵਰੇਟ ਕਿਹੜਾ ਲੱਗਿਆ? ਜੋ ਵਿਦਾਈ ਵਾਲਾ ਸੀਨ ਹੈ। ਅੱਛਾ, ਮੈਨੂੰ ਵੀ ਰੋਣਾ ਆ ਗਿਆ ਥਾ। ਉਸ ਤੋਂ ਪਹਿਲਾਂ ਪਤਾ ਸੀਗਾ ਵੀ ਜਦੋਂ ਪਹਿਲੇ ਸਮਿਆਂ ਦੇ ਵਿੱਚ ਪੰਜਾਬ 'ਚ ਵਿਦਾਈ ਜਾਂਦੀ ਸੀ ਉਹ ਇੱਦਾਂ ਚੱਕ ਕੇ ਲੈ ਕੇ ਜਾਂਦੇ ਸੀਗੇ ਘੋੜਿਆਂ ਦੇ ਨਾਲ, ਔਰ ਪਤੀ ਜਿਹੜਾ ਹੁੰਦਾ ਸੀ ਬਾਹਰ ਨਾਲ ਤੁਰਿਆ ਜਾਂਦਾ ਸੀ? ਨਹੀਂ ਨਹੀਂ, ਮੈਨੂੰ ਇਹ ਨਹੀਂ ਪਤਾ ਥਾ, ਪਹਿਲੇ ਤਾਂ ਮੈਨੂੰ ਇਹ ਕਹਾ ਗਿਆ ਤਾ ਕਿ ਤੁਸੀਂ ਊਂਟ 'ਤੇ ਬੈਠਾ ਕੇ ਤੁਹਾਡੀ ਵਿਦਾਈ ਕਰਾਏਂਗੇ, ਮੇਰੇ ਤੋਂ ਬੜਾ ਹੀ ਮਤਲਬ ਡਰ ਸਾ ਲਗਾ ਨਾ, ਲੇਕਿਨ ਉਹਨੇ ਕਹਾ ਨਹੀਂ ਨਹੀਂ ਡੋਲੀ ਮੇਂ ਵਿਦਾਈ ਹੋਗੀ, ਤੋ ਡੋਲੀ ਮੇਂ ਬੈਠਨੇ ਕਾ ਐਕਸਪੀਰੀਅੰਸ ਬਹੁਤ ਅੱਛਾ ਲੱਗਾ। ਕਿਵੇਂ ਲੱਗਿਆ ਡੋਲੀ 'ਚ ਬੈਠ? ਝੂਲਾ ਝੂਲਤੇ ਹੋਏ ਬਹੁਤ ਮਜ਼ਾ ਆਇਆ ਜੀ, ਰੋਣਾ। ਹਾਂ,
झूला झूलते हुए आपको रोना है तो देखिए इसमें मेहनत लगी थी मुझे झूला झूलते समय एंजॉय हो रही थी ना पर इन्होंने रोना पड़ा है ना जी मुझे रोना पड़ा सो की कहोगे दर्शक मैं दर्शक को यही कहूँगी सारे लोगों को कि देखिए बहुत ज़्यादा प्यार मिल रहा है और मुझे इसका यकीन भी था मैं उस दिन भी कह रही थी कि मुझे यकीन है कि लोग जो है आवाम जो है वो ज़रूर भारी तादाद में देखने आएगी पैना ते वीरो हर मोड़ ते मोड़ मोड़ हुई पड़ी है पर जो भी रोए सारे जाके देख के आओ फिल्म और अपना बहुत सारा प्यार दिखाएं देखने की ज़रूरत है आज के यूथ को देखने की ज़रूरत है अच्छा तो तुसी बेशक होर स्टेट तो लेकिन तुसी ना बड़ी स्टडी की हुई है पंजाबी सिनेमा बारे पंजाबी फिल्मों बारे पंजाबी एक्टर्स बारे सो इस फिल्म तो बाद ना तुहानू बड़े सारे कॉल्स आने वाले हैं डायरेक्टर्स किदां दे रोल्स लई लुक फॉरवर्ड कर रहे हो देखिए इस वक्त तो मुझे एज सच मैंने कुछ नहीं सोचा है जब आपके पास स्क्रिप्ट आती है तो आप तय करते हैं कि हाँ ये चीज़ बहुत अच्छी है मैं इसको बहुत अच्छे से परफॉर्म कर सकती हूँ तो अभी स्क्रिप्ट आने दे तो अभी मुझे लगता है 4-5 फिल्में गुजर जाए तो ही सवाल बनता है अच्छा एक चीज़ ना बहुत मतलब पूछनी ज़रूरी बनती है क्योंकि अक्सर असी इंडस्ट्री नू देखते हैं कि एक ग्लैमर की दुनिया होती है तो एक हीरोइन का एक एक्ट्रेस का ग्लैमरस दिखना सोहना दिखना बहुत जरूरी है जो साढ़े को इदा के किरदार आते हैं जिद असी मेकअप नहीं दिखा एक बड़ा सिंपल सादा किरदार निभा योजे किरदार बहुत घट एक्ट्रस चूज़ करते हैं तुम चूज़ किया बखूबी निभाया भी इस बारे की नहीं मुझे लगता है कि देखिए अगर दरकार है तो बिल्कुल होता है अब आप एक वो सूरजा वाले सॉन्ग सुनिए मैंने कितनी फिल्में देखी हैं निम्रत खैरा मैम विदाउट मेकअप वो तो उनकी खुशकिस्मती है कि वो सुंदर भी बहुत हैं लेकिन मुझे लगता है कि पंजाब में ये बात नहीं आप कली जोटा मूवी में देखें जिस तरीके का हुलिया मैम ने बनाया है नीरू बाजवा मैम ने मुझे लगता है कि कोई भी उसके लिए हाँ नहीं कहेगा जो सीन होता है कि जब वो थोड़ी मेंटली वो हो जाती है मतलब रूहें कांप जाएंगी आपका ऐसा परफॉर्म करने के लिए तो मुझे नहीं लगता कि पंजाब में ऐसा है अगर वो किरदार की डिमांड है तो वो कोई भी एक्ट्रेस है वो करती है जी सो की कहोगे दर्शकों लिए जाते जाते मॉडल फिल्म वास्ते मैं फिर से वही कहूँगी कि अपना बहुत सारा प्यार दिखाएं आपके फेवरेट लोग हैं तो मुझे यकीन है आप लोग ज़रूर बहुत ज़्यादा प्यार दिखाएंगे तो बिश्नी जीड़ी है वो कह रही है मेरे भरावा की दास्तान सुन के आयो मेरे भरावा ने बहुत 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 किया है लोका लई है ना तो हुक्मरान के लिए वो ज़रूर डकैत है लेकिन आम आवाम के लिए मसीहा थे ज़रूर देखने जाए थैंक यू सो मच एंड ऑल द वेरी बेस्ट थैंक यू सो मच थैंक यू सत श्री अकाल जी की हाल चाल बहुत बढ़िया सो देखी फिल्म किदा दी लगी है बहुत वधिया लगी जी फिल्म कुछ नवा कॉन्सेप्ट है तो डे बाय डे पंजाबी इंडस्ट्री किसी होर ही लेवल पर जा रही है थैंक यू सो मच सो तुसी जिहड़ा कॉस्ट्यूम्स ते बारीकी दे नाल वर्क किया ये किवें फिल्म तुहाडे कोल आई किवें सबब बनिया ते किदा दा प्रोसेस रहा मैं जतिंदर सर नूं बहुत पहला तो जानती हाँ जिहड़ी असी पहला एक हरी के फिल्म कीती सी वो अजे रिलीज़ नहीं हुई तो सर दे ग्रुप च मैं उदों तो ही हाँ तो सर ने ही मैनूं अप्रोच किया इस फिल्म के लिए बस ਕਿਵੇਂ ਦਾ ਪ੍ਰੋਸੀਜਰ ਰਿਹਾ ਉਹ ਉਸ ਐਰਾ ਦੇ ਕੱਪੜੇ ਓਬਜ਼ਰਵ ਕਰਨੇ ਉੱਦਾਂ ਦੇ ਹੀ ਬਿਲਕੁਲ ਬਣਾ ਕੇ ਦੇਣੇ ਔਰ ਹਰ ਆਰਟਿਸਟ ਲਈ ਉਹ ਚੀਜ਼ ਦਾ ਖਿਆਲ ਰੱਖਣਾ ਸਾਰਾ ਰਿਸਰਚ ਵਰਕ ਹੈ ਲਾਈਕ ਸਾਡਾ ਕਾਫੀ ਮਹੀਨੇ ਰਿਸਰਚ ਵਰਕ ਚੱਲਿਆ ਸਰ ਤਾਂ ਬਹੁਤ ਪਹਿਲਾਂ 2016-17 ਤੋਂ ਰਿਸਰਚ ਕਰ ਰਹੇ ਸੀ ਫਿਰ ਮੇਰੇ ਮੈਂ ਵੀ 2-3 ਮੰਥਸ ਰਿਸਰਚ ਲਏ ਕਿਉਂਕਿ ਸਰ ਰਿਸਰਚ ਵਰਕ ਦੇ ਬਾਅਦ ਹੀ ਕੰਮ ਸ਼ੁਰੂ ਕਰਦੇ ਆ बस रिसर्च वर्क होया ਉਹਦੇ ਅਕੋਰਡਿੰਗ ਸਾਰਾ ਕੁਝ ਚੂਜ਼ ਹੋਇਆ ਫਿਰ ਕੰਮ ਸਟਾਰਟ ਹੋਇਆ ਐਸ ਆਡੀਅנס ਫਿਲਮ ਕਿਵੇਂ ਦੀ ਲੱਗੀ ਬਹੁਤ ਵਧੀਆ ਕਿਹੜੇ ਕਿਹੜੇ ਸੀਨ ਨੇ ਜਾਂ ਕਿਹੜੇ ਕਿਹੜੇ ਡਾਇਲੌਗਸ ਨੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਇੰਪੈਕਟ ਕੀਤਾ ਜਦੋਂ ਜਿਉਣਾ ਆਪਣੇ ਭਰਾ ਦੀ ਪੱਗ ਲਾਉਂਦਾ ਉਹ ਮੇਰਾ ਮਤਲਬ ਇਮੋਸ਼ਨਲੀ ਮਤਲਬ ਮੈਂ ਕਿਉਂਕਿ ਉਹੀ ਫੇਵਰੇਟ ਸੀਨ ਹੈ ਜਿਹਨੇ ਇੰਪੈਕਟ ਕੀਤਾ ਜਿਹੜਾ ਕਿ ਇਮੋਸ਼ਨਲੀ ਟੱਚ ਮਤਲਬ ਮੈਂ ਉਹੀ ਉਹ ਸੀਨ ਸੋ ਐਮੀ ਦੇਵ ਖਰੌੜ ਨੇ ਵਿਕਰਮ ਵਿਰਕ ਹੈ ਕੁਲਜਿੰਦਰ ਸਿੱਧੂ ਨੇ ਸਪੈਸ਼ਲੀ ਲਾਈਕ ਬਹੁਤ ਸੋਹਣੀ ਸਟਾਰਕਾਸਟ ਲਈ ਗਈ ਹੈ ਆਈ ਥਿੰਕ ਪੰਜਾਬੀ ਇੰਡਸਟਰੀ ਦੇ ਵਿੱਚ ਇੰਨੀ ਵੱਡੀ ਸਟਾਰਕਾਸਟ ਲੈ ਕੇ ਮਲਟੀ ਸਟਾਰਰ ਫਿਲਮ ਪਹਿਲੀ ਵਾਰੀ ਬਣਾਈ ਗਈ ਇਸ ਬਾਰੇ ਕੀ ਕਹਿਣਾ ਜੀ ਮੈਂ ਸਮਝੀ ਨਹੀਂ ਕੁਸ਼ ਇਸ ਬਾਰੇ ਕੀ ਕਹਿਣਾ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਇੰਨੀ ਵੱਡੀ ਸਟਾਰਕਾਸਟ ਲੈ ਕੇ ਮਲਟੀ ਸਟਾਰਰ ਫਿਲਮ ਬਣਾਈ ਗਈ ਹੈ ਹਾਂਜੀ ਬਹੁਤ ਵਧੀਆ ਆਈ ਮੀਨ ਲਾਈਕ ਮਤਲਬ ਇੰਨਾ ਵੱਡਾ ਬਜਟ ਸੀ ਫਿਲਮ ਦਾ ਤਾਂ ਇੰਨੀ ਵੱਡੀ ਸਟਾਰ ਕਾ ਡੈਫੀਨੇਟਲੀ ਬਣਦੀ ਸੀ ਹੈ ਨਾ ਅਤੇ ਬਹੁਤ ਵਧੀਆ ਚੋਇਸ ਰਹੀ ਹੈ ਮਤਲਬ ਜਤਿੰਦਰ ਸਰ ਦੀ ਕਾਰਰ ਸਰ ਦੀ ਜਿਹੜੀ ਸਟਾਰ ਕਾਸਟ ਉਹਨਾਂ ਚੂਜ਼ ਕੀਤੀ ਹੈ ਬਹੁਤ ਬ੍ਰਿਲੀਅੰਟ ਸਟਾਰ ਕਾਸਟ ਹੈ ਬਿਲਕੁਲ ਜਿਹੜੇ ਵੀ ਕਰੈਕਟਰ ਆ ਮਤਲਬ ਟੁੱਕਦੇ ਆ ਉਹਦੇ ਜੋ ਵੀ ਜਿੱਦਾਂ ਦਾ ਵੀ ਉਹਨਾਂ ਦਾ ਕਰੈਕਟਰ ਆ ਉਹਦੇ ਜਿਹੜੇ ਐਕਟਰਸ ਚੂਜ਼ ਕੀਤੇ ਗਏ ਆ
ਬਹੁਤ ਪਰਫੈਕਟ ਚੋਇਸ ਸੀਗੀ ਸਾਰੀ ਉਹਨਾਂ ਦੀ। ਅੱਛਾ ਮੈਂ ਤੁਹਾਡੇ ਕੰਮ ਦੀ ਗੱਲ ਕਰਾਂ, ਨੋਰਮਲ ਫਿਲਮਸ ਦੇ ਵਿੱਚ ਕੋਸਟਿਊਮ ਚਾਹੇ ਸੋਹਣੇ ਮਹਿੰਗੇ ਬਣਾਉਣੇ ਹੁੰਦੇ ਨੇ ਪਰ ਇੰਨਾ ਜ਼ਿਆਦਾ ਧਿਆਨ ਨਹੀਂ ਰੱਖਣਾ ਹੁੰਦਾ, ਇਸ ਫਿਲਮ ਦੇ ਵਿੱਚ ਬਹੁਤ ਧਿਆਨ ਰੱਖਣਾ ਪਿਆ ਹੋਊਗਾ ਕਿ ਕਿਹੋ ਜਿਹੇ ਕਲਰਸ ਹੋਣਗੇ ਕਿਉਂਕਿ ਕਲਰਸ ਦੀ ਵੀ ਬਹੁਤ ਜ਼ਿਆਦਾ ਇੰਪੋਰਟੈਂਸ ਹੁੰਦੀ ਹੈ ਕਿ ਕਿੱਦਾਂ ਦੇ ਕਲਰ ਉਦੋਂ ਵੱਧ ਯੂਜ਼ ਹੁੰਦੇ ਸੀ। ਹਾਂਜੀ ਨਹੀਂ, ਮੇਰੇ ਲਈ ਬਿਲਕੁਲ ਟਫ ਨਹੀਂ ਸੀਗਾ ਬਿਕੋਜ਼ ਮੇਰੀ ਚੋਇਸ ਦੀ ਇਹਦੇ 'ਚ ਕੱਪੜਾ ਯੂਜ਼ ਹੋਇਆ, ਮੇਰੇ ਚੋਇਸ ਦੀ ਸ਼ੇਡਸ ਯੂਜ਼ ਹੋਏ। ਮੈਨੂੰ ਸ਼ੇਡਸ ਉੱਤੇ ਕੰਮ ਕਰਨਾ ਬਹੁਤ ਪਸੰਦ ਹੈ ਬਿਕੋਜ਼ ਮੈਂ ਸਟਾਰਟਿੰਗ ਥੀਏਟਰ 'ਚ ਕੀਤੀ ਸੀ, ਥੀਏਟਰ 'ਚ ਬਹੁਤ ਮਤਲਬ ਬਰੀਕੀ ਨਾਲ ਕੰਮ ਹੁੰਦਾ, ਡਿਟੇਲ ਵਰਕ ਹੁੰਦਾ, ਸੋ ਮੈਨੂੰ ਉਸ 'ਚ ਕੋਈ ਪ੍ਰੋਬਲਮ ਨਹੀਂ ਆਈ। ਬਸ ਜਿਹੜੀ ਸਾਨੂੰ ਥੋੜ੍ਹੀ ਬਹੁਤ ਦਿੱਕਤ ਆਉਂਦੀ ਸੀ ਸਾਰੀ ਮਤਲਬ ਪੂਰੀ ਕਰੂ ਨੂੰ ਹੀ ਆਉਂਦੀ ਸੀ, ਉਹ ਜਿਹੜਾ ਮੌਸਮ ਸੀਗਾ ਉੱਤੇ ਉਹ ਦਿੱਕਤ ਕਰਦਾ ਹੁੰਦਾ ਸੀ, ਕੋੜਿਆਂ ਕਰਕੇ ਥੋੜ੍ਹਾ ਲੇਟ ਹੋ ਜਾਂਦਾ ਸੀ, ਸੀਨ ਅੱਗੇ ਪਿੱਛੇ ਹੋ ਜਾਂਦੇ ਸੀਗੇ, ਕਈ ਵਾਰੀ ਅਸੀਂ ਕੁਛ ਤਿਆਰ ਕੀਤਾ ਹੁੰਦਾ ਸੀ ਲੇਕਿਨ ਫਿਰ ਨੈਕਸਟ ਡੇ ਕੁਛ ਹੋਰ ਕਰਨਾ ਪੈ ਜਾਂਦਾ ਸੀ ਇੱਕਦਮ, ਬਸ ਉਹ ਥੋੜ੍ਹੀ ਜਿਹੀ ਚੈਲੇਂਜ ਹੁੰਦਾ ਸੀ। ਅਦਰਵਾਈਜ਼ ਕੋਸਟਿਊਮ ਤਿਆਰ ਕਰਨ 'ਚ, ਚੂਜ਼ ਕਰਨ 'ਚ ਉਹਦੇ 'ਚ ਕੋਈ ਡਿਫੀਕਲਟੀ ਨਹੀਂ ਆਈ, ਡਿਜ਼ਾਇਨ ਉਹ ਮੈਂ ਕੀ ਕਰਨਾ ਆ ਬਿਕੋਜ਼ ਅਸੀਂ ਪਹਿਲਾਂ ਹੀ ਸਾਡੇ ਬਹੁਤ ਡਿਸਕਸ਼ਨ ਹੋਏ ਸੀ, ਸਾਨੂੰ ਕਲੀਅਰ ਸੀਗਾ, ਕਾਰਲ ਸਰ, ਜਗਜਿੰਦਰ ਸਰ, ਮੈਨੂੰ ਸਾਰਿਆਂ ਨੂੰ ਸਾਡੇ ਡਿਸਕਸ਼ਨ ਹੁੰਦੇ ਸੀ ਆਪਾਂ ਕਿਹੜੇ ਸ਼ੇਡ ਯੂਜ਼ ਕਰਨੇ ਆ, ਆਪਾਂ ਕਿਹੜਾ ਫੈਬਰਿਕ ਲੈਣਾ ਹੈ, ਉਹ ਸਭ ਕਲੀਅਰ ਸੀਗਾ, ਤਾਂ ਉਹਦੇ 'ਚ ਕੋਈ ਦਿੱਕਤ ਨਹੀਂ ਆਈ। ਮੌਡ ਫਿਲਮ ਵਾਸਤੇ ਦਰਸ਼ਕਾਂ ਲਈ ਕੀ ਕਹੋ? ਮੈਂ ਕਹਿਣਾ ਚਾਹੂੰਗੀ ਕਿ ਸਾਰੇ ਜ਼ਰੂਰ ਦੇਖਣ ਬਿਕੋਜ਼ ਇਹ ਦਰਸ਼ਕਾਂ ਲਈ ਡੈਫੀਨੇਟਲੀ ਬਣਾਈ ਗਈ ਹੈ, ਸਿਨੇਮਾ ਨੂੰ ਬਾਲੀਵੁੱਡ ਸਿਨੇਮਾ ਨੂੰ ਬਦਲਣ ਵਾਸਤੇ ਇਹ ਇੰਨੀ ਮਹਿੰਗੀ ਔਰ ਟੈਕਨੀਕਲੀ ਬਹੁਤ ਸਟਰੋਂਗ ਫਿਲਮ ਬਣਾਈ ਗਈ ਹੈ, ਜੋ VFX ਯੂਜ਼ ਹੋਇਆ ਹੈ, ਬਹੁਤ ਵਧੀਆ ਵੱਡੇ ਲੈਵਲ ਦਾ VFX ਯੂਜ਼ ਹੋਇਆ ਹੈ, ਅਤੇ ਤੁਸੀਂ ਸਾਰੇ ਪਰਿਵਾਰ ਨਾਲ ਆ ਕੇ, ਇੱਦਾਂ ਨਹੀਂ ਹੈ ਕਿ ਕੋਈ ਸੀ ਯੰਗਸਟਰਸ ਵਾਸਤੇ ਹੈ, ਪਰਿਵਾਰ ਪੂਰੇ ਪਰਿਵਾਰ ਨਾਲ ਤੁਸੀਂ ਆ ਸਕਦੇ ਹੋ, ਤਾਂ ਜ਼ਰੂਰ ਦੇਖੋ। ਠੀਕ ਹੈ, ਥੈਂਕ ਯੂ ਸੋ ਮਚ, ਥੈਂਕ ਯੂ। ਮੌੜ ਫਿਲਮ ਦੇ ਪ੍ਰੀਮੀਅਰ 'ਤੇ ਆ ਅਤੇ ਹਸ਼ਨੀਨ ਚੌਹਾਨ ਸਾਡੇ ਨਾਲ ਮੌਜੂਦ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕਿਵੇਂ ਤੁਸੀਂ? ਬਹੁਤ ਹੀ ਵਧੀਆ। ਪਹਿਲਾਂ ਤਾਂ ਕੰਗਰੈਚੁਲੇਸ਼ਨਸ, ਤੁਸੀਂ ਵੀ ਐਡੀ ਵੱਡੀ ਫਿਲਮ ਦਾ ਹਿੱਸਾ ਹੋ ਜਿੱਥੇ ਬਹੁਤ ਸੋਹਣੀ ਸਟਾਰ ਕਾਸਟ ਹੈ। ਥੈਂਕ ਯੂ ਜੀ, ਥੈਂਕ ਯੂ ਸੋ ਮਚ, ਇਟਸ ਐਨ ਓਨਰ ਟੂ ਹੈਵ ਅ ਸਪੈਸ਼ਲ ਅਪੀਅਰੈਂਸ ਇਨ ਦ ਫਿਲਮ। ਆਈ ਐਮ ਵੈਰੀ ਹੈਪੀ ਫੋਰ ਪਾਰਟ ਦੈਟ ਯੂ ਸਪੋਰਟਡ ਮੀ। ਐਜ਼ ਅ ਆਡੀਅੰਸ ਕਿੱਦਾਂ ਲੱਗੀ ਹੈ? ਐਜ਼ ਐਨ ਆਡੀਅੰਸ ਮੈਨੂੰ ਫਿਲਮ ਬਹੁਤ ਜ਼ਿਆਦਾ ਸੋਹਣੀ ਲੱਗੀ, ਇਹ ਤੁਹਾਨੂੰ ਉਸ ਐਰਾ ਦੇ ਵਿੱਚ ਵਾਪਸ ਲੈ ਜਾਂਦੀ ਹੈ ਫਿਲਮ, ਅਤੇ ਡਾਇਰੈਕਸ਼ਨ ਪੁਆਇੰਟ ਆਫ ਵਿਊ ਤੋਂ ਜੇ ਮੈਂ ਗੱਲ ਕਹਾਂ, ਮੇਰੇ ਕੋਲ ਸ਼ਬਦ ਨਹੀਂ ਹੈਗੇ, ਇੰਨੀ ਸੋਹਣੀ, ਇੰਨੀ ਖੂਬਸੂਰਤੀ ਨਾਲ ਫਿਲਮ ਬਣਾਈ ਗਈ ਹੈ, ਕੋਈ ਕਮੀ ਨਹੀਂ ਹੈ। ਸੋ ਅੱਛਾ, ਫਿਲਮ ਦੇ ਚਾਹੇ ਕੋਸਟਿਊਮਸ ਦੀ ਗੱਲ ਹੋਵੇ, ਚਾਹੇ ਲੋਕੇਸ਼ਨ ਦੀ, ਜਿਵੇਂ ਤੁਸੀਂ ਵੀ ਕਿਹਾ ਵੀ ਉਸ ਐਰਾ 'ਚ ਲੈ ਜਾਂਦੀ ਹੈ ਨਾ, ਸੋ ਕੀ ਲੱਗਦਾ ਕਿ ਪੰਜਾਬੀ ਫਿਲਮਾਂ ਦੇ ਵਿੱਚ, ਪੰਜਾਬੀ ਸਿਨੇਮਾ ਦੇ ਵਿੱਚ ਇਹੋ ਜਿਹੀਆਂ ਫਿਲਮਾਂ ਦੀ ਕਿੰਨੀ ਲੋੜ ਹੈ ਜਿਹੜੀਆਂ ਸਾਡਾ ਇਤਿਹਾਸ, ਸਾਡਾ ਕਲਚਰ ਦਰਸਾਉਂਦੀਆਂ? ਮੇਰੇ ਖਿਆਲ 'ਚ ਬਹੁਤ ਜ਼ਿਆਦਾ ਲੋੜ ਹੈ ਕਿਉਂਕਿ ਪੰਜਾਬੀ ਸਿਨੇਮਾ 'ਚ ਇਸ ਤਰੀਕੇ ਨਾਲ ਹੁਣ ਗਰੋ ਕਰ ਰਿਹਾ, ਅਸੀਂ ਨਵੇਂ ਕੋਨਸੈਪਟਸ ਨੂੰ, ਨਵੇਂ ਸਬਜੈਕਟਸ ਨੂੰ ਟੱਚ ਕਰ ਰਹੇ ਹਾਂ, ਅਸੀਂ ਹਿਸਟੋਰਿਕ ਫਿਲਮਾਂ ਜ਼ਿਆਦਾ ਨਹੀਂ ਬਣਾਈਆਂ, ਜਿਉਣਾ ਮੌੜ ਪਹਿਲੀ ਐਗਜ਼ਾਮਪਲ ਹੈ ਸਾਡੇ ਕੋਲ ਹਿਸਟੋਰਿਕ ਫਿਲਮਸ ਦੀ, ਅਤੇ ਅੱਗੇ ਹੁਣ ਅਸੀਂ ਇਹੋ ਜਿਹੇ ਹੋਰ ਕੋਨਸੈਪਟਸ, ਕਿਉਂਕਿ ਸਾਡੀ ਹਿਸਟਰੀ ਬਹੁਤ ਜ਼ਿਆਦਾ ਰਿਚ ਹੈ, ਸਾਡੇ ਕੋਲ ਕੀ ਨਹੀਂ ਹੈ ਦਿਖਾਉਣ ਲਈ, ਤਾਂ ਇੰਨੀ ਖੂਬਸੂਰਤੀ ਨਾਲ ਜੇ ਕਿ ਹੋਰ ਵੀ ਕੋਨਸੈਪਟਸ ਅਤੇ ਹੋਰ ਵੀ ਲੋਕ ਕਥਾਵਾਂ ਲੈ ਕੇ ਆਈਆਂ ਜਾਣਗੀਆਂ, ਤਾਂ ਮੇਰੇ ਖਿਆਲ 'ਚ ਪੰਜਾਬੀ ਸਿਨੇਮਾ ਦੀ ਬਹੁਤ ਜ਼ਿਆਦਾ ਮਾਨ ਵੀ ਆਉਂਦੀ। ਕੀ ਕਹੋਗੇ ਐਮੀ ਲਈ ਦੇਵ ਹੈ, ਸਪੈਸ਼ਲੀ ਅਮੀਕ ਦਾ ਕਿਰਦਾਰ ਬਹੁਤ ਸੋਹਣਾ ਲੱਗਿਆ ਹੈ? ਬਹੁਤ ਸੋਹਣਾ ਜੀ, ਬਹੁਤ ਜ਼ਿਆਦਾ ਸੋਹਣਾ, ਹਰ ਇੱਕ ਕਿਰਦਾਰ ਬੰਨ ਕੇ ਰੱਖਦਾ ਹੈ ਅਤੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਖੋ ਗਏ ਹੋ ਉਸ ਸਮੇਂ ਦੇ ਵਿੱਚ, ਉਹਨਾਂ ਕਿਰਦਾਰਾਂ ਦੇ ਵਿੱਚ ਹਰ ਕਿਸੇ ਦਾ ਕੰਮ ਬਹੁਤ ਖੂਬਸੂਰਤੀ ਲੱਗਦੀ ਹੈ। ਹਸ਼ਨੀਨ ਦੇ ਪ੍ਰੋਜੈਕਟਸ ਬਾਰੇ ਗੱਲ ਕਰੀਏ, ਤੇ ਮੌੜ ਫਿਲਮ ਦੇ ਵਿੱਚ ਸਾਨੂੰ ਤੁਸੀਂ ਨਜ਼ਰ ਆਏ ਹੋ, ਇੱਕ ਬਹੁਤ ਸੋਹਣਾ ਕਿਰਦਾਰ ਹੈ ਤੁਹਾਡਾ ਨਾ, ਸਿੰਪਲ ਸੋਬਰ ਜਿਹਾ, ਅਤੇ ਇਸ ਤੋਂ ਇਲਾਵਾ ਕੀ ਹੈ ਆਉਣ ਵਾਲੇ ਸਮੇਂ ਦੇ ਵਿੱਚ, ਕਿਹੜੇ ਪ੍ਰੋਜੈਕਟ ਜੀ? ਸਾਡੀ ਸਪਟੰਬਰ ਦੇ ਵਿੱਚ ਫਿਲਮ ਰਿਲੀਜ਼ ਹੋਣ ਵਾਲੀ ਹੈ ਮੌਜਾਂ ਹੀ ਮੌਜਾਂ, ਅਤੇ ਉਸ ਤੋਂ ਬਾਅਦ ਵੀ ਗੱਲਾਂ ਬੋਕਸਿਸ ਤੋਂ ਬਾਅਦ ਦੇ ਵਿੱਚ ਕਰਾਂਗੇ, ਅਤੇ ਫਿਲਹਾਲ ਕੀ ਕਹੋਗੇ ਦਰਸ਼ਕਾਂ ਲਈ ਜਾਣ? ਦਰਸ਼ਕਾਂ ਨੂੰ ਮੈਂ ਇਹ ਕਹੂੰਗੀ ਕਿ ਮੌੜ ਫਿਲਮ ਸਾਡੇ ਇਤਿਹਾਸ ਦੇ ਨਾਲ ਰਿਲੇਟਡ ਹੈ ਅਤੇ ਬਹੁਤ ਖੂਬਸੂਰਤੀ ਨਾਲ ਰਚੀ ਹੋਈ ਹੈ, ਤਾਂ ਡੈਫੀਨੇਟਲੀ ਇਹ ਫਿਲਮ ਜ਼ਰੂਰ ਦੇਖਣੀ ਚਾਹੀਦੀ। ਥੈਂਕ ਯੂ ਸੋ ਮਚ, ਥੈਂਕ ਯੂ। ਸੋ ਸਾਡੇ ਨਾਲ ਫਰੇਮ ਦੇ ਵਿੱਚ ਮੌਜੂਦ ਨੇ ਸ਼ਵੇਤਾ ਔਰ ਤਨੀਸ਼ਾ, ਜਿਨ੍ਹਾਂ ਨੇ ਡੋਗਰ ਦੀਆਂ ਪਤਨੀਆਂ ਦਾ ਕਿਰਦਾਰ ਮੌੜ ਫਿਲਮ ਦੇ ਵਿੱਚ ਨਿਭਾਇਆ, ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ? ਬਹੁਤ ਵਧੀਆ, ਬਹੁਤ ਵਧੀਆ। ਤੁਹਾਨੂੰ ਕਿੱਦਾਂ ਲੱਗੀ ਫਿਲਮ? ਅਸੀਂ ਐਕਚੁਅਲੀ ਉਸ ਐਰਾ 'ਚ ਹੀ ਚਲੇ ਗਏ ਸੀਗੇ ਦੇਖਦੇ ਦੇਖਦੇ, ਰਾਈਟ ਹੀ ਅਸੀਂ ਚਾਹੁੰਦੇ ਸੀਗੇ ਕਿਉਂਕਿ ਫਿਲਮ ਬਣੀ ਹੀ ਇੰਨੀ ਜ਼ਿਆਦਾ ਮਿਹਨਤ ਨਾਲ ਆ ਨਾ, ਕਿ ਹਰ ਇੱਕ ਚੀਜ਼ ਦਾ ਧਿਆਨ ਦਿੱਤਾ ਗਿਆ ਹੈ ਕਿ ਪੁਰਾਣੀ ਚੀਜ਼ਾਂ ਨੂੰ ਇਸ ਤਰ੍ਹਾਂ ਦਿਖਾਇਆ ਜਾਵੇ ਕਿ ਉਹ ਰਿਐਲਿਟੀ ਹੀ ਆ। ਹਰ ਇੱਕ ਆਰਟਿਸਟ ਨੇ ਬਹੁਤ ਮਿਹਨਤ ਕੀਤੀ ਆ, ਸਾਡੇ ਵੈਸੇ ਵੀ ਬਹੁਤ ਜ਼ਿਆਦਾ ਇੰਜੋਏ ਕੀਤਾ ਸੀ ਸੈੱਟ 'ਤੇ, ਹੈ ਨਾ, ਤਾਂ ਅਸੀਂ ਕਹਿ ਸਕਦੇ ਹਾਂ ਕਿ ਇਟਸ ਵਰਥ ਇਟ। ਸੋ ਕੀ ਕਹਿਣਾ, ਐਜ਼ ਅ ਆਡੀਅੰਸ ਤੁਹਾਨੂੰ ਕਿੰਨਾ ਕੁ ਮਜ਼ਾ ਆਇਆ ਔਰ ਕਿਹੜੇ ਸੀਨ ਸੀ ਜਿਹੜੇ ਤੁਹਾਨੂੰ ਬੜੇ ਆਈਕੋਨਿਕ ਲੱਗੇ? ਜੀ ਐਕਚੁਅਲੀ ਜਦੋਂ ਆਪਾਂ ਉੱਥੇ, ਜਦੋਂ ਆਪਾਂ ਸੈੱਟ 'ਤੇ ਸੀਗੇ, ਉਦੋਂ ਹੀ ਸਾਨੂੰ ਬਹੁਤ ਵਧੀਆ ਵਾਈਬ ਆ ਗਈ ਸੀਗੀ ਕਿ ਫਿਲਮ ਜੋ ਆ ਉਹ ਬਹੁਤ ਹੀ ਉਮਦਾ ਨਿਕਲ ਕੇ ਆਏਗੀ, ਬਟ ਡੈਫੀਨੇਟਲੀ ਜਦੋਂ ਆਪਾਂ ਹੁਣ ਸਕਰੀਨ 'ਤੇ
हर एक सीन बहुत वधिया सीगा मैंने लगता नायकरा दा बहुत वधिया सीन सीगा साडा जिन्ना घर सीगा मैंने लगे बहुत वधिया सीगा देव करौड़ सर ने बहुत अच्छा विक्रम सर वाज लुकिंग सो गुड जर्नल सर मनुएल जिन्ना दा डेब्यू सीगा जस्टिस लगता सारे ने अपने करैक्टर अपने करैक्टर नु जस्टिफाई किया एमी दी गल्लां हो रही ने ऑफकोर्स देव करौड़ दी है ना तो हड़ा सीन जड़ा विक्रम सर होना ज्यादा है ओना वास्ते की असि विक्रम सर जी दे ऑपोजिट प्ले कर रहे हैं डोगरीज प्ले कर रहे हैं अभी वेरी थैंकफुल रोल भावे छोटा होवे वड्डा डजंट मैटर बट असि एड्डी वड्डी स्क्रीन ते आए हैं अगे होर रब दी रजा नाल होर अगे वध जांगे मुस्लिम लुक्स चाहिए मुस्लिम डोगरिया जी थोड़ी सी तगड़ी कुड़िया होंदिया आ स्ट्रोंग कुड़िया होंदिया क्योंकि उन्हों का रोल ही इदा का डोगरीज का तो उदा का ही मिले सानू रोल एंड ऑडिशन होया प्रॉपर दो तीन चार बार ऑडिशन होया डिफरेंट डिफरेंट डायलॉग्स दिते गए एंड दैन लुक टेस्ट होया एंड दैन काफ़ी ब्रेक तो बाद सानू कॉल आती है कि वो गाइज आर सिलेक्टेड आर डोगरी मैं ये कहना चाहूँगी कि असी अपने ऑडिशन अपने अपने बल से अगे पहुँचे हैं इसलिए मैं बहुत प्राउड फील करती हूँ क्योंकि असं पता असं कि स्ट्रगल देखी है देख रहे हैं अज भी उस लैवल पर पहुँचने लिए बट आई एम वेरी ग्रेटफुल कि असं इन्ना पार्ट आए हैं अगे होर आवेंगे ग्रो करा खुश ऑडिशन तो आए हैं अपने बल से आए हैं एंड दैट्स अ बिग थिंग द गेम चेंज की कहोगे दर्शकों को जाने जाओ मोर मूवी देखो वर्थ है बिल्कुल जरूर देखो जाओ सारे नु बहुत प्यार दो तनु एहो जिया एरा मेनू नहीं लगता देखन नु फिर मतलब बहुत डिफरेंट एरा आया और एक एक चीज का बहुत ज्यादा ध्यान रखा गया कि देखो जरूर देखो अपने बच्चों नु लेके जाओ बहुत बहुत बढ़िया थैंक यू सो मच के साहब हो गया किशने मोड़ ते जोने मोड़ नाल ज्योने मोड़ दा ते किशने मोड़ दा भाई देव करौड़ ने मतलब असी जदों शूट ते बैठे सी ना देव करौड़ भाई ने एक गल कही सी कहिंदे कि जिहड़ी फिल्म दे विच मैं ते गखड़ साहब इकट्ठे होई है वो फिल्म सुपर डुपर हिट हुंदी है हाँ असी देखो गांधी फिल्म दे विच इकट्ठे सी दूजी गांधी च इकट्ठे सी बलैकिया च इकट्ठे सी अज असी ज्योने मोड़ च इकट्ठे है और फिल्म सुपर डुपर हिट है सॉलिड आउट शो जिहड़े है सारे फुल जा रहे हैं अच्छा गल हो रही है ऑब्वियसली किशने मोड़ ते जोने मोड़ दी ता गल होवेगी लेकिन साड़ी इंडस्ट्री दे होर दो मजे हुए कलाकार अमीक जिन्होंने हाटन दा किरदार किया और विक्रम विर्क है ना और दी भी बड़ी गल्लां हो रही ने डोगर दी भी एक वक्री फैन फॉलोइंग बनती पई है उस बारे की ये ना जिम्मे होंगे ना एक एक ग्यारह ये एमी बाई ने जोने का रोल निभाया वो लगते सी छोटे जिम्मे एक मतलब जिम्मे कहते ना कि मेरा ना ज्योन सिंह है मैं ज्योना चाहना तो वो लगते सी वाकई वह बंदा मतलब शरीफ जहा बंदा ज्योना चाहता है पर जेडे घर के उत्ते बहुत वड्डियां प्रॉब्लम आ जांदियां है वो फिर अपना हथियार तो चकता ही है और बाकी वड्डे भरा दे रोल दे विच अपने देव करौड़ बाई सीगे देव करौड़ बाई लगते सी कि वाकई अनखी है बंदा बहुत अच्छा रोल किया इन्होंने दोवां ने ਤੁਹਾਡਾ ਕਿਰਦਾਰ ਇੱਕ ਲਾਲਾ ਜੀ ਦਾ ਕਿਰਦਾਰ ਹੈ ਜਿਹੜਾ ਹਿਸਾਬ ਕਰਦਾ ਰਹਿੰਦਾ ਹੁਣ ਕਿੰਨਾ ਕੁ ਹਿਸਾਬ ਬਾਕੀ ਹੈ ਤੇ ਕਿੰਨਾ ਕੁ ਹੋ ਗਿਆ ਇਹ ਜਿਹੜਾ ਮੇਰੇ ਵਾਲਾ ਕਿਰਦਾਰ ਸੀਗਾ ਨਾ ਉਹ ਬਿਲਕੁਲ ਪਹਿਲਾਂ ਜਦੋਂ ਅਸੀਂ ਸ਼ੂਟ ਕਰ ਰਹੇ ਸੀਗੇ ਤਾਂ ਮੈਨੂੰ ਲੱਗਿਆ ਕਿ ਉਹ ਬਾਣੀਆਂ ਕਿਰਦਾਰ ਯਾਰ ਮੇਰੇ ਤੋਂ ਬਾਣੀਆਂ ਦਾ ਕਿਰਦਾਰ ਕਰਵਾ ਰਹੇ ਹਨ ਤਾਂ ਉਹ ਲੱਗਿਆ ਕਿ ਉਹ ਜਿਹੜੇ ਉਹ ਬਾਣੀਆਂ ਦੁਕਾਨਦਾਰ ਹੈ ਉਹ ਪਿੰਡੂ ਦੁਕਾਨਦਾਰ ਬਾਣੀਆਂ ਹੈ ਔਰ ਮਤਲਬ ਉਹ ਵੀ ਜੱਟਾਂ ਵਰਗੇ ਹੁੰਦੇ ਸੀਗੇ ਔਰ ਬਹੁਤ ਵਧੀਆ ਕਰਵਾਇਆ ਔਰ ਬਾਕੀ ਮੈਨੂੰ ਲੱਗਦਾ ਕਿ ਆਡੀਅੰਸ ਨੂੰ ਬਹੁਤ ਪਸੰਦ ਆਇਆ ਕੀ ਕਹੋਗੇ ਦਰਸ਼ਕਾਂ ਨੂੰ ਜਾਂਦੇ ਆ ਹਾਂਜੀ ਦਰਸ਼ਕਾਂ ਲਈ ਕੀ ਕਹੋਗੇ ਦਰਸ਼ਕਾਂ ਲਈ ਇਹੀ ਸੁਨੇਹਾ ਕਿ ਪਹਿਲੇ ਨੰਬਰ 'ਤੇ ਤਾਂ ਜਿਹੜਾ ਪੁਰਾਣਾ ਪੰਜਾਬ 1905 ਦਾ ਪੰਜਾਬ ਸਾਡੀ ਆਡੀਅੰਸ ਨੂੰ ਮਿਲੂਗਾ ਔਰ ਸਾਰੀ ਆਡੀਅੰਸ ਨੂੰ ਮੈਂ ਬੇਨਤੀ ਕਰਦਾ ਕਿ ਜਿਉਣਾ ਮੌੜ ਫਿਲਮ ਜ਼ਰੂਰ ਦੇਖੋ ਮੌੜ ਫਿਲਮ ਜਿਹੜੀ ਹੈ ਇਹ ਸਾਡੀ ਜਿਹੜੀ ਨਵੀਂ ਜਨਰੇਸ਼ਨ ਹੈਗੀ ਹੈ ਉਹਨਾਂ ਨੂੰ ਇਹ ਦਿਖਾਊਗੀ ਕਿ ਇਹ ਜਿਹੜੇ ਮਤਲਬ ਸਾਡੇ ਪੁਰਾਣੇ ਜਿਹੜੇ ਯੋਧੇ ਹੈਗੇ ਆ ਉਹ ਕਿੱਦਾਂ ਦੇ ਸੀ
थैंक यू सो मच एंड तुहाडा किरदार है दर्शकों नूं बहुत पसंद आऊगा आई थिंक हमेशा ही तुसी अपने किरदार दे विच इक वक्री गलबात लेके आउंदे थैंक यू सो मच इन्हां नूं मिलिया तां मैं इन्हां नूं कहा कि मैं कहा यार तुसी वी साडे वांगू नकली हो कि असली हो जिस दा किरदार कर रहे हो फिल्म मौड़ दा कहिंदे नहीं मैं असली हां सो बहुत खुशी होई मनमोहन देव जी तुहानूं मिल के और थैंक यू सो मच तुहाडा सारिआं दा बहुत बहुत धन्नवाद कि तुसी ਅਸੀਂ ਆਰਾਮ ਨਾਲ ਸੁਣਦੇ ਹਾਂ ਤੁਸੀਂ ਉੱਥੇ ਬਾਰਡਰਾਂ 'ਤੇ ਲੜਦੇ ਹੋ ਥੈਂਕ ਯੂ ਹਾਂ ਤੁਹਾਨੂੰ ਫਿਲਮ ਕਿਸ ਤਰ੍ਹਾਂ ਦੀ ਲੱਗੀ ਬਹੁਤ ਵਧੀਆ ਲੱਗੀ ਬਹੁਤ ਵਧੀਆ ਲੱਗਿਆ ਇੱਧਰ ਦੇਖ ਕੇ ਬੋਲ ਦਿਓ ਡਿਊਟੀ ਤੋਂ ਸਿੱਧਾ ਫਿਲਮ ਦੇਖਣ ਆਇਆ ਸੀ ਰੀਲੀ ਇੰਟਰਸਟ ਸੀਗਾ ਸਾਨੂੰ ਚਲੋ ਓਕੇ ਜੀ ਥੈਂਕ ਯੂ ਸੋ ਮਚ ਸੋ ਤੁਸੀਂ ਸਾਰੇ ਜਣੇ ਦੇਖ ਸਕਦੇ ਹੋ ਮੌੜ ਫਿਲਮ ਦੀ ਟੀਮ ਹੈ ਇਹਨਾਂ ਨੂੰ ਪੁੱਛਾਂਗੇ ਵੀ ਆ ਡੋਗਰ ਵਾਲੀ ਟੀਮ ਦੇ ਹੋ ਕਿ ਜਿਉਣੇ ਵਾਲੀ ਟੀਮ ਜਿਉਣੇ ਵਾਲੀ ਟੀਮ ਦੀ ਜਿਉਣੇ ਵਾਲੀ ਸਾਰੇ ਸਾਰੇ ਡੋਗਰ ਵਾਲੇ ਪਜਾ ਦੇ ਦਰਸ਼ਕਾਂ ਲਈ ਬਹੁਤ ਜ਼ਰੂਰੀ ਹੈ ਜਾਨਣਾ ਮੇਰਾ ਨਾਮ ਬਲਦੇਵ ਰਾਜ ਹੈ ਮੈਂ ਜਲਾਲਾਬਾਦ ਤੋਂ ਬਿਲੋਂਗ ਕਰਦਾ ਫਾਜ਼ਿਲਕਾ ਜ਼ਿਲ੍ਹੇ ਤੋਂ ਮੇਰਾ ਕਰੈਕਟਰ ਹੈ ਜੀ ਜਿਉਣਾ ਗਰੁੱਪ ਦੇ ਵਿੱਚ ਦੇਵਾ ਚੇਲਾ ਹਾਂ ਬੇਟਾ ਮੈਂ ਵੈਸੇ ਮੇਰਾ ਹੈਗਾ ਜੀਜੂ ਦਾ ਕਿਉਂਕਿ ਮੈਂ ਜਿਉਣੇ ਦਾ ਭਗਤ ਵੀ ਹਾਂ ਮੈਂ ਨੈਣਾ ਦੇਵੀ ਦਾ ਵੀ ਭਗਤ ਹਾਂ ਦੇਖੀ ਹੋਣਾ ਤੁਸੀਂ ਨੇ ਤਾਂ ਉੱਥੇ ਮਤਲਬ ਹੈ ਮੇਰਾ ਨਾਮ ਜਗਤਾਰ ਸਿੰਘ ਬੈਨੀਪਾਲ ਔਰ ਬਹੁਤ ਵਧੀਆ ਲੱਗਿਆ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗੁਰਦਾਸ ਗਿੱਲ ਹੈ ਅਤੇ ਮੇਰਾ ਮੂਵੀ ਦੇ ਵਿੱਚ ਨਰਾਇਣੇ ਦਾ ਕਰੈਕਟਰ ਸੀਗਾ ਜਿਹੜਾ ਕਿ ਜਿਉਣੇ ਦਾ ਗਰੁੱਪ ਸੀਗਾ ਸੋ ਇਸ ਮਤਲਬ ਕਰੈਕਟਰ ਦੇ ਨਾਲ ਨਾਲ ਮੈਂ ਡਾਇਰੈਕਸ਼ਨ ਟੀਮ ਦਾ ਵੀ ਹਿੱਸਾ ਰਿਹਾ ਸੋ ਸਾਰਿਆਂ ਦੇ ਬਹੁਤ ਵਧੀਆ ਸਾਰੇ ਐਕਟਰਸ ਦੀ ਸਾਰਿਆਂ ਦੀ ਬਹੁਤ ਵਧੀਆ ਮਿਹਨਤ ਰਹੀ ਆ ਸੋ ਸਾਰੇ ਦੇ ਵਧਾਈ ਦੇ ਪਾਤਰ ਨੇ ਅਤੇ ਰਿਦਮ ਬੋਏ ਸਭ ਤੋਂ ਜ਼ਿਆਦਾ ਵਧੀਆ ਵਧਾਈ ਦੇ ਪਾਤਰ ਨੇ ਸਾਰੇ ਮੇਰਾ ਨਾਮ ਬੱਲੀ ਬਲਜੀਤ ਹੈ ਇਸ ਫਿਲਮ ਦੇ ਵਿੱਚ ਮੇਰਾ ਬਚਨੇ ਡਾਕੂ ਦਾ ਕਰੈਕਟਰ ਸੀ ਔਰ ਮੈਨੂੰ ਮਾਣ ਮਹਿਸੂਸ ਹੈ ਕਿ ਮੈਂ ਜਤਿੰਦਰ ਬੋਰ ਨਾਲ ਸਟੂਡੀਓ ਦੀ ਰਿਦਮ ਬੋਏ ਦੀ ਫਿਲਮ ਦਾ ਹਿੱਸਾ ਔਰ ਇਹ ਸਦੀਵੀ ਯਾਦ ਰਹਿਣ ਵਾਲੀ ਫਿਲਮ ਹੈ ਜਿਹੜੀ ਦਰਸ਼ਕਾਂ ਨੂੰ ਬੇਨਤੀ ਵੀ ਜ਼ਰੂਰ ਦੇਖਣਾ ਜੋ ਫਿਲਮ ਮੌੜ ਆ 9 June 2023 ਇਤਿਹਾਸ ਦੇ ਪੰਨਿਆਂ 'ਤੇ ਸੁਨਹਿਰੀ ਪੰਨਿਆਂ 'ਤੇ ਲਿਖੀ ਜਾ ਰਹੀ ਹੈ ਔਰ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਆ ਕੇ ਆਣ ਕੇ ਇਹ ਫਿਲਮ ਜ਼ਰੂਰ ਦੇਖੋ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਲਵੀ ਧਾਲੀਵਾਲਾ ਅਤੇ ਮੈਂ ਪਚਾਦੇ ਦਾ ਕਰੈਕਟਰ ਕੀਤਾ ਹੈਗਾ ਜੱਜ ਦੀ ਰੈਕੀ ਕਰਕੇ ਮੈਂ ਹੀ ਚਕਵਾਇਆ ਉਹਨੂੰ ਅਤੇ ਬਾਈ ਨੇ ਬਹੁਤ ਮਿਹਨਤ ਕੀਤੀ ਹੈਗੀ ਅਤੇ ਬਾਈ ਸਾਰਿਆਂ ਨੂੰ ਬੇਨਤੀ ਹੈ ਵੀ ਪਲੀਜ਼ ਫਿਲਮ ਦੇਖਣੀ ਜ਼ਰੂਰ ਆਇਓ ਬਹੁਤ ਹੀ ਸੋਹਣੀ ਇਕੱਲਾ ਇਕੱਲਾ ਡਾਇਲੋਗ ਬਾਈ ਨੇ ਚੁਣ ਚੁਣ ਕੇ ਕਰਕੇ ਲਿਖਿਆ ਹੈਗਾ ਧੰਨਵਾਦ ਸੋ ਸਕਰੀਨਿੰਗ ਦਾ ਮਾਹੌਲ ਤੁਸੀਂ ਵੇਖਿਆ ਸਟਾਰਕਾਸਟ ਨਾਲ ਗੱਲਾਂ ਬਾਤਾਂ ਕੀਤੀਆਂ ਅਤੇ ਆਪਾਂ ਆਡੀਅੰਸ ਤੋਂ ਵੀ ਜਾਣ ਲਿਆ ਉਹਨਾਂ ਨੂੰ ਫਿਲਮ ਕਿਹੋ ਜਿਹੀ ਲੱਗ ਰਹੀ ਹੈ ਜੇਕਰ ਐਕਸਾਈਟਮੈਂਟ ਹੋ ਰਹੀ ਹੈ ਫਿਲਮ ਨੂੰ ਵੇਖਣ ਜਾਣ ਦੀ ਜ਼ਰੂਰ ਵੇਖਿਆ ਉਹ ਤੁਹਾਡੇ ਨੇੜੇ ਦੇ ਸਿਨੇਮਾ ਘਰਾਂ ਦੇ ਵਿੱਚ ਜੋੜਾ ਮੋੜ ਆ ਚੁੱਕਿਆ ਹੈ ਯਾਨੀ ਕਿ ਮੌੜ ਫਿਲਮ ਲੱਗ ਚੁੱਕੀ ਹੈ ਤੁਹਾਡੇ ਨੇੜੇ ਦੇ ਸਿਨੇਮਾ ਘਰਾਂ ਵਿੱਚ ਸੋ ਫਿਲਹਾਲ ਦੇ ਲਈ ਮੈਨੂੰ ਯਾਨੀ ਸਿਮਰਨ ਅੰਸ਼ ਨੂੰ ਦਿਓ ਇਜਾਜ਼ਤ ਅਤੇ ਤੁਸੀਂ ਜੁੜੇ ਰਹੋ ਦੇਸੀ ਚੈਨਲ ਦੇ ਨਾਲ ਧੰਨਵਾਦ